ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣਾ ਵਾਲਿਆਂ ਦੀ ਰਸ ਭਿੰਨੀ ਆਵਾਜ਼ ਵਿੱਚ ਹਰ ਵੇਲੇ ਕਥਾ ਕੀਰਤਨ ਅਤੇ ਸਿਮਰਨ ਦਾ ਆਨੰਦ ਮਾਨਣ ਲਈ ਭਾਈ ਗੁਰਸ਼ਰਨ ਸਿੰਘ ਜੀ ਆਫੀਸ਼ੀਅਲ ਚੈਨਲ YouTube ਨੂੰ ਸਬਸਕ੍ਰਾਈਬ ਕਰੋ ਅਤੇ ਨਵੇਂ ਕੀਰਤਨ ਵੀਡੀਓਜ਼ ਲਈ ਬੈਲ ਆਈਕਨ ਨੂੰ ਜ਼ਰੂਰ ਦਬਾਓ ਅਤੇ ਆਲ ਨੂੰ ਸਿਲੈਕਟ ਕਰੋ। ਇਸ ਨਾਲ ਹਰ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਦੇ ਮੋਬਾਈਲ ਤੇ ਆਏਗਾ, ਫਿਰ ਤੁਸੀਂ ਉਸ ਦਾ ਆਨੰਦ ਮਾਣ ਸਕਦੇ ਹੋ। ਵਾਹਿਗੁਰੂ 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 ਵਾਹਿਗੁਰੂ।
Sarab mein niranjana.
ਸੁਨਤ ਪੇਖਤ ਸੰਗ ਸਭ ਕੈ ਸੁਨਤ ਸੁਨਤ ਪੇਖਤ ਸੰਗ ਸਭ ਕੈ ਸੁਨਤ ਸੰਗ ਸਭ ਕੈ ਸੰਗ ਸਭ ਕੈ ਸੰਗ ਸਭ ਕੈ ਸੰਗ ਸਭ ਪ੍ਰਭ ਮੇਰ ਹੋ ਤੇ ਨੇਰੇ 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 ਓ ਪ੍ਰਭ ਮੇਰ ਹੋ ਤੇ ਨੇਰੇ ਪ੍ਰਭ ਅਰਦਾਸ ਨਾਨਕ ਸੁਨ ਸੁਆਮੀ ਅਰਦਾਸ ਨਾਨਕ ਸੁਨ ਸੁਆਮੀ ਸੁਨ ਸੁਆਮੀ ਸੁਨ ਸੁਆਮੀ ਸੁਨ ਸੁਆਮੀ ਸੁਨ ਸੁਆਮੀ ਰੱਖ ਲੈ ਉਹ ਕਰਕੇ ਚੇਰੇ ਰੱਖ ਲੈ ਉਹ ਕਰਕੇ ਚੇਰੇ ਰੱਖ ਲੈ ਉਹ ਰੱਖ ਲੈ ਹੋ ਕਰਕੇ ਚੇਰੇ 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 ਸੁਣੋ ਬੇਨੰਤਿਆ ਅਪਰਾਧ ਭਰੇ ਪੀ ਤੇਰੇ ਚੇਰੇ ਰਾਮ ਕੋਟੇ ਅਪਰਾਧ ਭਰੇ ਪੀ ਤੇਰੇ ਚੇਰੇ ਰਾਮ ਜੀ ਕੋਟੇ ਅਪਰਾਧ ਭਰੇ ਪੀ ਤੇਰੇ ਚੇਰੇ ਰਾਮ ਕੋਟੇ ਅਪਰਾਧ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਦੀਨ ਬੇਨਤੀ ਕਰੈ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਦੀਨ ਬੇਨਤੀ ਕਰੈ ਜੀ ਦੀਨ ਬੇਨਤੀ ਕਰ ਦੀਨ ਬੇਨਤੀ ਕਰ ਦੀਨ ਬੇਨਤੀ ਕਰ ਦੀਨ ਬੇਨਤੀ ਕਰ ਨਾਨਕ ਤੁਮਰੀ ਕਿਰਪਾ ਕਰੈ ਨਾਨਕ ਤੁਮਰੀ ਕਿਰਪਾ ਕਰ ਨਾਨਕ ਤੁਮਰੀ ਨਾਨਕ ਤੁਮਰੀ ਕਿਰਪਾ ਕਰੈ ਨਾਨਕ ਤੁਮਰੀ ਕਿਰਪਾ ਕਰੈ ਨਾਨਕ ਤੁਮਰੀ ਕਿਰਪਾ ਕਰੈ ਨਾਨਕ ਤੁਮਰੀ ਕਿਰਪਾ ਕਰੈ ਵਾਹਿਗੁਰੂ 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 ਸਤਿਗੁਰ ਆਪਣੀ ਕਰੋ ਬੇਨਤੀ ਸਤਿਗੁਰ ਆਪਣੀ ਕਰੋ ਬੇਨਤੀ ਸਤਿਗੁਰ ਆਪਣੀ ਕਿਰਪਾ ਰੱਖੋ ਸ਼ਰਣਾਈ ਕਰ ਕਿਰਪਾ ਰੱਖੋ ਸ਼ਰਣਾਈ ਕਰ ਕਿਰਪਾ ਰੱਖੋ ਸ਼ਰਣਾਈ ਕਰ ਕਿਰਪਾ ਰੱਖੋ ਸ਼ਰਣਾਈ ਮੋਕੋ ਦਿਓ ਹਰੇ ਹਰ ਜਪਨੀ ਮੋਕੋ ਦਿਓ ਹਰੇ ਹਰ ਜਪਨੀ ਅਮਾ
ਕੋ ਦਿਓ ਹਰੇ ਹਰ ਜਪਨੀ ਮੋਕੋ ਦਿਓ ਹਰੇ ਹਰ ਜਪਨੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਹਰੇ ਹਰ ਜਪਨੀ ਤਰਲਾ ਹੋਵੇ ਤਰਲਾ ਇੱਕ ਬੇਨਤੀ ਹੁੰਦੀ ਹੈ ਸਤ ਸੰਗਤ ਜ਼ਬਾਨ ਤੋਂ ਇੱਕ ਬੇਨਤੀ ਹੁੰਦੀ ਹੈ ਹਿਰਦੇ ਦੇ ਤਲ ਤੋਂ ਤਲ ਤੋਂ ਵਰੇ ਲੰਘ ਜਾਂਦੇ ਨੇ ਬੇਨਤੀਆਂ ਕਰਦਿਆਂ ਜੇ ਜ਼ਬਾਨ ਤੋਂ ਕੀਤੀ ਬੇਨਤੀ ਵਰੇ ਲੰਘ ਜਾਂਦੇ ਨੇ ਪਤਾ ਨਹੀਂ ਕਬੂਲ ਹੋਵੇ ਕਿ ਨਾ ਹੋਵੇ ਪਰ ਹਾਂ ਉਹ ਬੇਨਤੀ ਜ਼ਬਾਨ ਵਾਲੀ ਰਸਨਾ ਵਾਲੀ ਜਿਸ ਦਿਨ ਹਿਰਦੇ 'ਚ ਚਲੀ ਗਈ ਜਦੋਂ ਹਿਰਦੇ ਤੋਂ ਬੇਨਤੀ ਸ਼ੁਰੂ ਹੋ ਗਈ ਸਤਸੰਗ ਫਿਰ ਨਹੀਂ ਦੇਰ ਲੱਗਦੀ ਫਿਰ ਤਾਂ ਬਾਹਾਂ ਉਲਾਰ ਕੇ ਸਤਿਗੁਰ ਖੜੇ ਹੋ ਜਾਂਦੇ ਨੇ ਬੁੱਕਲ 'ਚ ਲੈਣ ਲਈ ਆਪੋ ਸਤਨਾਮ
ਵਿੱਧ ਬਣ ਜਾਂਦੀ ਹੈ, ਵਿੱਧ ਬਣ ਜਾਂਦੀ। ਬੜਾ ਪਿਆਰਾ ਇਤਿਹਾਸ, ਤਕਰੀਬਨ ਆਪ ਜੀ ਜਾਣੂ ਹੋ ਉਸ ਇਤਿਹਾਸ ਤੋਂ। ਦਾਸ ਦਾ ਮਨੋਰਥ ਹੁੰਦਾ ਬਈ ਸਾਖੀ ਦੇ ਵਿੱਚੋਂ ਆਪਣੇ ਲਈ ਸਿੱਖਿਆ ਕੱਢਣੀ। ਸਾਖੀਆਂ ਬਣੀਆਂ ਸੁਣਦੇ ਆ, ਜਸਟ ਐਜ ਅ ਸਟੋਰੀ ਨਾ ਸੁਣੀਏ ਜੀ, ਕਹਾਣੀਆਂ ਦੀ ਤਰ੍ਹਾਂ ਨਾ ਸੁਣੀਏ। ਸਾਖੀ ਦਾ ਮਤਲਬ ਇਹੀ ਹੋਵੇ ਕਿ ਉਹਦੇ ਵਿੱਚੋਂ ਮੈਂ ਆਪਣੇ ਲਈ ਸਿੱਖਿਆ ਕੱਢਾਂ, ਆਪਣੇ ਲਈ, ਆਪਣੇ ਲਈ। ਸੱਤਾ ਜੀ ਤੇ ਬਲਵੰਡ ਜੀ ਦੋਨੋਂ ਭਰਾ ਨੇ। ਕੁਝ ਇਤਿਹਾਸਕਾਰਾਂ ਨੇ ਇਹਨਾਂ ਦੋਨਾਂ ਨੂੰ ਪਿਓ ਪੁੱਤ ਵੀ ਗਿਣੇ, ਪਰ ਤਕਰੀਬਨ ਇਤਿਹਾਸਕਾਰਾਂ ਨੇ ਸਤ ਸੰਗਤ ਇਹਨਾਂ ਨੂੰ ਭਰਾ ਗਿਣੇ। ਤੇ ਕੁਝ ਇਤਿਹਾਸਕਾਰ ਇਹ ਲਿਖਦੇ ਨੇ ਕਿ ਬਾਬਾ ਮਰਦਾਨੇ ਜੀ ਦੀ ਵੰਸ਼ ਵਿੱਚੋਂ ਸਨ। ਇਹ ਕਨਫਲਿਕਟ ਹੈ ਇਸ ਚੀਜ਼ ਦਾ, ਪਰ ਤਕਰੀਬਨ ਇਤਿਹਾਸਕਾਰਾਂ ਨੇ ਭਰਾ ਗਿਣੇ ਆ। ਰਾਗ ਵਿਦਿਆ ਦੇ ਮਾਹਿਰ ਸਨ, ਤੰਤੀ ਸਾਜ ਦੇ ਮਾਹਿਰ ਸਨ, ਤੇ ਜਿਹੜੇ ਬਲਵੰਡ ਜੀ ਸਨ ਉਹ ਬ੍ਰਿਜ ਭਾਸ਼ਾ ਦੇ ਬੜੇ ਸਤ ਸੰਗਤ ਵਿਦਵਾਨ ਸਨ। ਕੰਮ ਦੀ ਤਲਾਸ਼ ਹੈ, ਕੰਮ ਮਿਲਦਾ ਨਹੀਂ ਪਿਆ। ਰਾਜੇ ਮਹਾਰਾਜਿਆਂ ਦੇ ਦਰਬਾਰ ਦੇ ਵਿੱਚ ਜਾ ਕੇ ਇਹਨਾਂ ਨੇ ਆਪਣੀ ਕਿਰਤ ਕਰਨੀ, ਰਾਗ ਸੁਣਾਣੇ, ਤੇ ਜੋ ਤਿਲ ਫੁੱਲ ਝੋਲੀ 'ਚ ਪੈ ਜਾਣਾ ਪੈ ਜਾਣਾ। ਕਈ ਕਈ ਦਿਨ ਵਿਹਲੇ ਰਹਿਣ। ਬਲਵੰਡ ਜੀ ਵਿਦੇਸ਼ਾਂ ਨੂੰ ਨਿਕਲ ਗਏ ਤੇ ਰੱਬ ਦੀ ਨੇਤ ਸੱਤਾ ਜੀ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਸਤ ਸੰਗਤ ਲੱਗ ਗਏ ਕੀਰਤਨੀਏ ਦੇ ਤੌਰ ਤੇ। ਮਹਾਰਾਜ ਅੱਗੇ ਬੇਨਤੀ ਲਾਈ ਕਿ ਸੱਚੇ ਪਾਤਸ਼ਾਹ ਨਿਰੰਕਾਰ ਨੇ ਰਾਗ ਵਿਦਿਆ ਦਿੱਤੀ ਹੈ। ਪਾਤਸ਼ਾਹ ਕਹਿੰਦੇ ਫਿਰ ਰਾਗ ਦੇ ਵਿੱਚ ਸ਼ਬਦ ਪਾ ਕੇ ਸੁਣਾਓ। ਜਦੋਂ ਸੁਣਾਇਆ ਕੀਲ ਕੇ ਰੱਖ ਦਿੱਤਾ ਸੱਤੇ ਜੀ ਨੇ। ਮਹਾਰਾਜ ਨੇ ਪੱਕਾ ਕਰ ਦਿੱਤਾ ਜੀ ਕਿ ਇਹ ਸਾਡੇ ਘਰ ਦੇ ਕੀਰਤਨੀਏ ਹੋਏ। ਹੁਣ ਸਤ ਸੰਗਤ ਜਦੋਂ ਬਲਵੰਡ ਜੀ ਵਿਦੇਸ਼ਾਂ ਦੇ ਵਿੱਚ ਤੁਰ ਰਹੇ ਨੇ, ਪੈਰ ਨਾ ਟਿਕੇ ਉੱਥੇ ਬਲਵੰਡ ਜੀ ਦੇ, ਵਾਪਸ ਆ ਗਏ, ਕਿਤੇ ਪੱਕੇ ਨਾ ਲੱਗੇ, ਵਾਪਸ ਆ ਗਏ। ਜਦੋਂ ਘਰ ਆ ਕੇ ਵੇਖਿਆ ਸੱਤਾ ਜੀ ਦਾ ਘਰ, ਬਈ ਦੁਨੀਆਂ ਦਾ ਹਰ ਪਦਾਰਥ ਘਰ ਪਿਆ, ਹਰ ਐਸ਼ੋ ਆਰਾਮ ਦਾ ਸਾਜੋ ਸਮਾਨ ਘਰ ਪਿਆ, ਕਿਸੇ ਚੀਜ਼ ਦੀ ਘਾਟ ਨਹੀਂ, ਖੇੜੇ ਬਣੇ ਹੋਏ। ਤੇ ਬਲਵੰਡ ਜੀ ਪੁੱਛਣ ਲੱਗੇ, ਕਹਿੰਦੇ ਸੱਤਾ ਜੀ ਇਹ ਇੰਨਾ ਮਤਲਬ ਪਦਾਰਥ ਇਹ ਕਿਵੇਂ? ਕਹਿੰਦੇ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰਬਾਰ ਦੇ ਵਿੱਚ ਕੀਰਤਨ ਕਰਨ ਦੀ ਸੇਵਾ ਮਿਲ ਗਈ, ਉੱਥੇ ਸ਼ਬਦ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਜੀ ਨੂੰ ਸ਼ਬਦ ਸੁਣਾਉਂਦੇ ਹਾਂ, ਸੰਗਤਾਂ ਨੂੰ ਸ਼ਬਦ ਸੁਣਾਉਂਦੇ ਹਾਂ, ਕੀਰਤਨ ਸੁਣਾਉਂਦੇ। ਸੱਤਾ ਜੀ ਕਹਿਣ ਲੱਗੇ, ਕਹਿੰਦੇ ਬਲਵੰਡ ਜੀ ਸੰਗਤ ਇੰਨੀ ਕਾਮ ਦੇਣ ਗਊ ਹੈ, ਜਦੋਂ ਦਿਆਲਤਾ ਦੇ ਘਰ 'ਚ ਆਉਂਦੀ ਸੰਗਤ ਗੁਰੂ ਨਾਨਕ ਦੀ, ਤੇ ਪਤਾ ਨਹੀਂ ਕਿਤਨੇ ਕਿਤਨੇ ਪਦਾਰਥਾਂ ਦੇ ਨਾਲ ਝੋਲੀ ਭਰ ਦਿੱਤੀ।
ਬਲਵੰਡ ਜੀ ਕਹਿਣ ਲੱਗੇ, ਕਹਿੰਦੇ ਸੱਤਾ ਜੀ ਫਿਰ ਮੇਰੀ ਵੀ ਸਿਫਾਰਿਸ਼ ਕਰੋ। ਇਹ ਆਰੰਭ ਕਿੱਥੋਂ ਹੋਇਆ ਸੀ ਦੱਸ ਕੇ ਤੁਹਾਨੂੰ ਦੱਸਣ ਲੱਗਾ। ਕਹਿੰਦੇ ਜੀ ਮੇਰੀ ਵੀ ਸਿਫਾਰਿਸ਼ ਕਰੋ ਕਿ ਮੈਂ ਵੀ ਮਹਾਰਾਜ ਦੇ ਦਰਬਾਰ ਦੇ ਵਿੱਚ ਕੀਰਤਨੀਆਂ ਲੱਗ ਜਾ। ਜਦੋਂ ਸੱਤਾ ਜੀ ਬਲਵੰਡ ਜੀ ਨੂੰ ਲੈ ਕੇ ਆਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਤੇ ਇੰਟਰੋਡਕਸ਼ਨ ਕਰਾਉਣ ਲੱਗੇ, ਕਹਿੰਦੇ ਸੱਚੇ ਪਾਤਸ਼ਾਹ ਜੀ ਇਹ ਸਾਡੇ ਭਰਾਤਾ ਬਲਵੰਡ। ਕਹਿੰਦੇ ਮੇਰੇ ਤੋਂ ਵੀ ਜ਼ਿਆਦਾ ਧਨੀ ਨੇ ਰਾਗ ਵਿਦਿਆ, ਮਾਹਿਰ ਨੇ ਰਾਗ ਵਿਦਿਆ ਦੇ। ਗਰੀਬ ਨਿਵਾਜ, ਆਪ ਜੀ ਕਿਰਪਾ ਕਰੋ, ਜੇ ਤੁਹਾਡਾ ਮਿਹਰ ਭਰਿਆ ਹੱਥ ਇਹਨਾਂ ਦੇ ਸਿਰ ਤੇ ਵੀ ਆ ਜਾਵੇ, ਜੇ ਤੁਹਾਡੇ ਦਰਬਾਰ ਦੇ ਵਿੱਚ ਕੀਰਤਨ ਸੁਣਾਉਣ ਦੀ ਸੇਵਾ ਲੱਗ ਜਾਏ ਇਹਨਾਂ ਦੀ। ਕਹਿੰਦੇ ਗਰੀਬ ਨਿਵਾਜ, ਤੁਹਾਡੀ ਬੜੀ ਦਿਆਲਤਾ ਹੋਏਗੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਫਿਰ ਸੁਣਾਓ ਗੁਰੂ ਨਾਨਕ ਦਾ ਕੋਈ ਸ਼ਬਦ ਸੁਣਾਓ। ਰਬਾਬ ਚੱਕਿਆ ਤੇ ਜਦੋਂ ਧੁਨੀ ਛੇੜੀ, ਅਰਸ਼ ਅਰਸ਼ ਕਰ ਦਿੱਤਾ, ਸਾਰੀਆਂ ਸੰਗਤਾਂ ਅਰਸ਼ ਅਰਸ਼ ਕਰ ਦਿੱਤਾ। ਮਹਾਰਾਜ ਬੜੇ ਪ੍ਰਸੰਨ ਹੋਏ, ਇੰਨੇ ਪ੍ਰਸੰਨ ਹੋਏ। ਕਹਿੰਦੇ ਬਲਵੰਡ ਜੀ ਅੱਜ ਤੋਂ ਹੀ ਤੁਸੀਂ ਪੱਕੇ ਹੋਏ, ਹੁਣ ਸੱਤਾ ਜੀ ਤੇ ਬਲਵੰਡ ਜੀ ਇਹ ਦੋਨੋਂ ਸਾਧ ਸੰਗਤ ਕੀਰਤਨ ਕਰਿਆ ਕਰ। ਬਲਵੰਡ ਜੀ ਦੇ ਅੰਦਰ ਇੰਨਾ ਗੁਣ ਸੀ, ਇੰਨਾ ਗੁਣ, ਜਦੋਂ ਬਲਵੰਡ ਜੀ ਨੇ ਕੀਰਤਨ ਕਰਨਾ ਸ਼ੁਰੂ ਕੀਤਾ, ਸੰਗਤਾਂ ਅਰਸ਼ ਅਰਸ਼ ਕਰ, ਤੇ ਮਹਾਰਾਜ ਨੇ ਰੀਝ ਕੇ ਇਹਨਾਂ ਨੂੰ ਰਾਏ ਦਾ ਖਿਤਾਬ ਦਿੱਤਾ ਜੀ, ਰਾਏ ਰਾਏ ਬਲਵੰਡ। ਆਪ ਜੀ ਪੜ੍ਹਦੇ ਰਾਮ ਕਲੀ ਕੀ ਵਾਰ, ਰਾਏ ਬਲਵੰਡ ਉੱਥਾ ਸੱਤੇ ਡੂਮ ਆਖੀ, ਆਖੋ ਸਤਨਾਮ ਸੱਸ। ਇਹ ਜਿਹੜਾ ਰਾਏ ਸ਼ਬਦ, ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਲਵੰਡ ਜੀ ਨੂੰ ਦਿੱਤਾ। ਰਾਏ ਕੋਈ ਬਹੁਤ ਵੱਡੀ ਪਦਵੀ ਸੀ, ਬਹੁਤ ਵੱਡੀ ਪਦਵੀ। ਇਹ ਰਾਏ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਣ ਦੇ ਵਿੱਚ, ਵਡਿਆਈ ਦੇ ਵਿੱਚ ਬਲਵੰਡ ਜੀ ਦੇ ਅੱਗੇ ਲਾਇਆ ਕਿ ਅੱਜ ਤੋਂ ਬਾਅਦ ਤੁਸੀਂ ਰਾਏ ਬਲਵੰਡ ਹੋਏ, ਰਾਏ ਬਲਵੰਡ ਕਰਮਾਂ ਵਾਲਿਓ। ਹੁਣ ਇੱਥੋਂ ਇਹਨਾਂ ਦਾ ਸਫ਼ਰ ਗੁਰੂ ਕੇ ਕੀਰਤਨੀਏ ਹੋਣ ਦਾ ਸ਼ੁਰੂ ਹੋਇਆ। ਹੁਣ ਡੇਲੀ ਰੋਜ਼ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਕੀਰਤਨ ਸੁਣਾਉਂਦੇ ਹੋ, ਔਰ ਸੰਗਤਾਂ ਸਾਧ ਸੰਗਤ ਅਰਸ਼ ਅਰਸ਼ ਕਰਦੇ, ਕਿਉਂਕਿ ਮਾਹਿਰ ਸਨ ਰਾਗ ਵਿਦਿਆ ਦੇ, ਮਾਹਿਰ ਸਨ ਸਾਜ਼ਾਂ ਦੇ, ਤੰਤੀ ਸਾਜ਼ਾਂ ਦੇ, ਗੁਣੀ ਸਨ ਵੱਖਰੀ ਵੱਖਰੀ ਬੋਲੀਆਂ ਦੇ, ਸ਼ਬਦ ਨੂੰ ਪਰੋ ਕੇ ਰਾਗ ਦੇ ਵਿੱਚ ਜਦੋਂ ਪੜ੍ਹਨਾ ਤੇ ਸਮਾਂ ਠਹਿਰਾ ਦੇਣਾ ਸਾਧ ਸੰਗਤ ਇਹਨਾਂ ਨੇ। ਆਓ ਨਾਲ ਨਾਲ ਬੇਨਤੀਆਂ ਲਾਈਏ ਜੀ, ਕਰੋ ਕਿਰਪਾ। ਸੁਣੋ ਬੇਨੰਤਿਆ ਸੁਆਮੀ ਮੇਰੇ ਰਾਮ, ਸੁਣੋ ਬੇਨੰਤਿਆ ਸੁਆਮੀ ਮੇਰੇ ਰਾਮ। ਇਹ ਇੱਕ ਸੁਭਾਵਕ ਹੈ ਸਾਸਨ, ਇਨਸਾਨੀ ਫਿਤਰਤ ਹੈ। ਜਦੋਂ ਬੰਦੇ ਨੂੰ ਮਾਣ ਮਿਲਣਾ ਸ਼ੁਰੂ ਹੋ ਜਾਂਦਾ, ਮਾਣ ਹੋਮੇ ਸਿਰ ਚੜ ਬੋਲਦੀ ਹੈ। ਹੁਣ ਸੰਗਤਾਂ ਬਹੁਤ ਜ਼ਿਆਦਾ ਮਾਣ ਦੇ ਰਹੀ ਹੈ, ਬਹੁਤ ਸਤਿਗੁਰ ਜੀ ਅੱਧ ਦਾ ਸਤਿਕਾਰ ਕਰਦੇ ਨੇ,
ਸੂਖਸ਼ਮ ਹੋਮੇ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ। ਸੂਖਸ਼ਮ ਹੋਮੇ ਇੱਕ ਹੁੰਦੀ ਹੈ ਸ਼ੁੱਧ ਹੋਮੇ, ਸ਼ੁੱਧ ਹੁੰਦੀ ਹੈ ਸਿੱਧਾ ਹੀ ਬੰਦਾ ਬੋਲ ਦਿੰਦਾ ਮੈਂ। ਸੂਖਸ਼ਮ ਹੁੰਦੀ ਹੈ ਕਿ ਅੰਦਰ ਅੰਦਰ ਆਪਣੀ ਵਡਿਆਈ ਨੂੰ ਭੁੱਲਦਾ ਰਹਿੰਦਾ, ਮੂੰਹ ਤੋਂ ਨਹੀਂ ਬੋਲਦਾ ਕਿ ਮੈਂ ਮਹਾਨ ਹਾਂ, ਮੈਂ ਧਨੀ ਹਾਂ, ਮੈਂ ਏਦਾਂ, ਪਰ ਅੰਦਰ ਆਪਣੇ ਆਪ ਨੂੰ ਮੰਨੀ ਬੈਠਾ ਕਿ ਮੈਂ ਕੁਝ ਹਾਂ, ਮੈਂ ਕੁਝ ਹਾਂ। ਇਹ ਸੱਤਾ ਜੀ ਤੇ ਬਲਵੰਡ ਜੀ ਅੰਦਰ ਹੀ ਅੰਦਰ ਸਾਧ ਸੰਗਤ ਹੋਮੇ ਘੁਲ ਰਹੀ ਹੈ, ਘੁਲਦੀ ਪਈ ਕਿ ਸਾਡੇ ਕਰਕੇ ਐਡਾ ਦਰਬਾਰ ਸਜਦਾ ਹੈ, ਸਾਡੇ ਕਰਕੇ ਆ ਰੌਣਕਾਂ ਲੱਗਦੀਆਂ। ਬਾਬਾ ਆਨੰਦ ਸਿੰਘ ਜੀ ਕਹਿੰਦੇ ਸਨ, ਕਹਿੰਦੇ ਬੜੇ ਵਿਰਲੇ ਹੁੰਦੇ ਨੇ ਜਿਹੜੇ ਇਹ ਮਾਣ ਨੂੰ ਪਹੁੰਚਾ ਲੈਣਾ ਕੋ ਸਤਨਾਮ ਕਰਮਾ ਵਾਲਿਓ। ਜਿਵੇਂ ਬ੍ਰਿਕਸ਼ ਨੂੰ ਫਲ ਲੱਗਦੇ ਜਾਂਦੇ ਤੇ ਟਾਣ ਥੱਲੇ ਥੱਲੇ ਆਉਂਦੀ, ਟਾਣ ਇੱਕ ਟਾਣ ਨੂੰ ਚਾਰ ਫਲ ਲੱਗੇ ਉਹ ਟਾਣ ਥੱਲੇ ਆ ਗਈ, ਉਸੀ ਟਾਣ ਨੂੰ ਚਾਰ ਹੋਰ ਲੱਗੇ ਥੱਲੇ ਆ ਗਈ, ਚਾਰ ਹੋਰ ਫਲ ਲੱਗੇ ਥੱਲੇ ਆ ਗਏ। ਫਲ ਲੱਗਦੇ ਨੇ ਟਾਣ ਥੱਲੇ ਆਉਂਦੀ ਹੈ, ਇੱਕ ਬੰਦਾ ਹੀ ਹੈ ਸਾਧ ਸੰਗਤ, ਜਦੋਂ ਗੁਣਾਂ ਦਾ ਫਲ ਲੱਗਦਾ ਤੇ ਉੱਚਾ ਉੱਚਾ ਹੋਈ ਜਾਂਦਾ ਆਖੋ ਸਤਨਾਮ। ਸਾਨੂੰ ਪ੍ਰਕਿਰਤੀ ਨੂੰ ਸਿੱਖਣਾ ਚਾਹੀਦਾ, ਸਿੱਖਣਾ ਚਾਹੀਦਾ। ਜਿਵੇਂ ਗੁਣਾਂ ਦਾ ਫਲ ਲੱਗੇ, ਸਤਿਗੁਰ ਜੀ ਇੱਕ ਗੁਣ ਦੇ ਰਹੇ ਨੇ ਮਨ ਨੀਵਾਂ ਹੋ ਜਾਏ, ਸਤਿਗੁਰ ਜੀ ਦੂਜਾ ਗੁਣ ਦੇ ਰਹੇ ਨੇ ਮਨ ਹੋਰ ਨੀਵਾਂ ਹੋ ਜਾਏ, ਸਤਿਗੁਰ ਜੀ ਤੀਜਾ ਗੁਣ ਦੇ ਰਹੇ ਨੇ ਮਨ ਹੋਰ ਨੀਵਾਂ ਹੋ ਜਾਏ। ਉਹ ਦੁਨੀਆਂ ਨੇ ਤਾਂ ਮਾਣ ਦੇਣਾ, ਦੁਨੀਆਂ ਨੇ ਤਾਂ ਵਡਿਆਈ ਦੇਣੀ ਹੈ, ਗੁਣਾ ਕਰਕੇ ਮਾਣ ਵਡਿਆਈ ਮਿਲੇਗੀ, ਪਰ ਸਤਿਗੁਰ ਕਹਿੰਦੇ ਨੇ ਮਨ ਨੀਵਾਂ ਹੀ ਰੱਖੀਆਂ ਕੋ ਸਤਨਾਮ। ਤਾਂ ਹੀ ਅਸੀਂ ਅਰਦਾਸ ਚ ਪੜ੍ਹਦੇ ਹਾਂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਨ ਨੀਵਾਂ ਹੋਵੇ ਮਤ ਉੱਚੀ ਹੋਵੇ। ਪਰ ਅੱਜ ਪੁੱਠਾ ਹੋ ਗਿਆ, ਅੱਜ ਸਾਡੀ ਮਤ ਨੀਵੀਂ ਹੋ ਗਈ ਹੈ ਤੇ ਮਨ ਉਹਦੇ ਉੱਪਰ ਰਾਜ ਕਰਦਾ ਪਿਆ ਸਤਨਾਮ, ਅੱਜ ਮਨ ਦਾ ਰਾਜ ਚੱਲਦਾ। ਇਤਿਹਾਸਕਾਰਾਂ ਨੇ ਲਿਖਿਆ ਕਹਿੰਦੇ ਸਮਾਂ ਆਪਣੀ ਚਾਲ ਚੱਲਦਾ ਗਿਆ, ਸੱਤੇ ਜੀ ਦੀ ਜਿਹੜੀ ਬਿਟੀਆ ਸੀ ਉਹ ਜਵਾਨ ਹੋ ਗਈ, ਕਾਰਜ ਕਰਨੇ ਨੇ ਮਾਇਆ ਦੀ ਲੋੜ ਹੈ। ਹੁਣ ਸਾਧ ਸੰਗਤ ਕਈ ਕਹਿੰਦੇ ਜੀ, ਮਤਲਬ ਇਸ ਮੰਗਣੇ ਨੂੰ ਕਈਆਂ ਨੇ ਬੜਾ ਮਾੜਾ ਕਰਕੇ ਦਰਸਾਇਆ ਕਿ ਜਾ ਕੇ ਜੀ ਉਹਨਾਂ ਨੇ ਗੁਰੂ ਕੋਲੋਂ ਮਾਇਆ ਮੰਗੀ ਸਿੱਧਾ ਇੱਦਾਂ ਕਹਿੰਦਾ। ਹੁਣ ਦੱਸੋ ਜੇ ਮਾਲਕ ਕੋਲ ਨਾ ਮੰਗਣਗੇ ਤੇ ਕਿਹਦੇ ਕੋਲ ਮੰਗਣਗੇ ਆਖੋ ਸਤਨਾਮ, ਜੇ ਆਪਣੇ ਖਸਮ ਕੋਲ ਨਹੀਂ ਮੰਗਣਗੇ ਤੇ ਕਿਹਦੇ ਕੋਲ ਮੰਗਣਗੇ। ਚਾਕਰੀ ਗੁਰੂ ਅਰਜਨ ਸਾਹਿਬ ਦੀ ਕਰ ਰਹੇ ਨੇ ਤੇ ਮੰਗਣਗੇ ਪ੍ਰਿਥੀਏ ਕੋਲੋਂ ਜਾ ਕੇ, ਨਹੀਂ ਮੰਗਣਾ ਸੁਭਾਵਕ। ਇਸ ਮੰਗਣ ਨੂੰ ਕਈ ਸਾਧ ਸੰਗਤ ਇਤਿਹਾਸਕਾਰ ਕਈ ਬੁਲਾਰੇ ਬੜਾ ਮਾੜਾ ਕਰਕੇ ਦਿਖਾਉਂਦੇ, ਬੜਾ ਮਾੜਾ ਕਰਕੇ ਜੀ ਗੁਰੂ ਸਾਹਿਬ ਅੱਗੇ ਮੰਗ ਰੱਖਤੀ ਮਾਇਆ ਦੀ, ਜੇ ਲੋੜ ਹੈ ਤੇ ਕਿਉਂ ਨਹੀਂ ਮੰਗਣਗੇ ਜੀ। ਜੇ ਪੁੱਤਰ ਨੂੰ ਲੋੜ ਹੈ ਤੇ ਪਿਓ ਕੋਲ ਨਹੀਂ ਮੰਗੇਗਾ ਤੇ ਕਿਹਦੇ ਕੋਲ ਮੰਗੇਗਾ। ਪਰ ਹਾਂ ਗੱਲ ਇੰਨੀ ਹੈ ਕਿ ਢੰਗ ਹੁੰਦਾ, ਸ਼ਰਧਾ ਹੋਵੇ
ਤੇ ਸ਼ਰਧਾ ਦੇ ਜੀ ਢੰਗ ਬੜੇ ਪਿਆਰੇ ਪਿਆਰੇ ਨਿਕਲਦੇ ਨੇ, ਆਖੋ ਸਤਨਾਮ। ਜੇ ਸ਼ਰਧਾ ਨਾ ਆਵੇ ਨਾ ਤਾਂ ਢੰਗ ਬੜੇ ਮਾੜੇ ਨਿਕਲਦੇ। ਹੁਣ ਇਹੀ ਕੁਝ ਹੋਣ ਲੱਗਾ ਮਹਾਰਾਜ ਦੇ ਚਰਨਾਂ 'ਚ ਆ ਗਏ ਹੱਥ ਬੰਨੇ। ਸੱਚੇ ਪਾਤਸ਼ਾਹ ਬਿਟੀਆ ਦਾ ਕਾਰਜ ਕਰਨਾ, ਸ਼ਾਦੀ ਕਰਨੀ ਹੈ, ਤੇ ਆਪ ਜੀ ਕਿਰਪਾ ਕਰੋ, ਮਾਇਆ ਦੀ ਮਦਦ ਬਖਸ਼ਿਸ਼ ਕਰੋ। ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਸੱਤਾ ਜੀ ਤੁਹਾਡੀ ਧੀ ਸੰਗਤ ਦੀ ਧੀ ਹੈ। ਆਖੋ ਸਤਨਾਮ। ਤੁਹਾਡੀ ਧੀ ਸੰਗਤ ਦੀ ਧੀ, ਗੁਰੂ ਕੇ ਕੀਰਤਨੀਆਂ ਦਾ ਬੜਾ ਸਤਿਕਾਰ ਗੁਰੂ ਅਰਜਨ ਦੇਵ ਕਰਦੇ ਸਨ ਜੀ, ਬਹੁਤ ਸਤਿਕਾਰ। ਸ਼ਬਦ ਕੋਈ ਸੁਣਾਵੇ, ਕੋਈ ਗੁਰੂ ਕੀ ਬਾਤ ਸੁਣਾਵੇ, ਪਾਤਸ਼ਾਹ ਕਹਿੰਦੇ ਮੈਂ ਸੀਸ ਹੀ ਦੇ ਦਿਆਂ ਉਹਨੂੰ। ਆਖੋ ਸਤਨਾਮ। ਮੈਂ ਸੀਸ ਹੀ ਦੇ ਦਿਆਂ, ਇਹ ਤਾਂ ਮਾਇਆ ਮੰਗਦੇ ਸਨ, ਪਰ ਅੱਗੇ ਜਾ ਕੇ ਢੰਗ ਮਾੜਾ ਹੋ ਗਿਆ। ਬਸ ਖੇਡ ਕਿੱਥੋਂ ਮਾੜੀ ਹੋਈ, ਖੇਡ ਕਿੱਥੋਂ ਗਲਤ ਹੋਈ, ਢੰਗ ਗਲਤ ਹੋ ਗਿਆ। ਮਹਾਰਾਜ ਕਹਿਣ ਲੱਗੇ, ਕਹਿੰਦੇ ਸੱਤਾ ਜੀ ਤੁਹਾਡੀ ਬਿਟੀਆ ਸੰਗਤ ਦੀ ਬਿਟੀਆ, ਤੁਹਾਡੇ ਕਾਰਜ ਸਾਰੇ ਸੰਗਤ ਨੇ ਕਰਨੇ, ਕਿਉਂ ਫਿਕਰ ਕਰਦੇ ਹੋ? ਹੁਣ ਸੱਤਾ ਜੀ ਬਲਵੰਡ ਜੀ ਸੋਚਣ ਲੱਗੇ ਕਿ ਮਹਾਰਾਜ ਟਾਲਦੇ ਪਏ ਨੇ, ਹਾਲੇ ਵਿਸ਼ਵਾਸ ਅਕੀਦਾ ਉੱਥੇ ਤੱਕ ਨਹੀਂ ਪਹੁੰਚਿਆ ਸੀ, ਟਾਲਦੇ ਪਏ ਨੇ। ਕਹਿੰਦੇ ਮਹਾਰਾਜ ਚਰਨਾਂ 'ਚ ਬੇਨਤੀ ਕਰਨੀ ਹੈ, ਵਿਸਾਖੀ ਦਾ ਦਿਹਾੜਾ ਨੇੜੇ ਆ ਰਿਹਾ, ਤੇ ਜੋ ਵਿਸਾਖੀ ਦੀ ਚੜ੍ਹਤ ਹੋਏਗੀ ਉਹ ਤੁਹਾਡੇ ਚਰਨਾਂ 'ਚ ਬੇਨਤੀ, ਉਹ ਚੜ੍ਹਤ ਸਾਰੀ ਸਾਡੀ ਝੋਲੀ 'ਚ ਪਾ ਦਿਓ। ਆਖੋ ਸਤਨਾਮ। ਮਹਾਰਾਜ ਮੁਸਕਰਾ ਪਏ, ਕਹਿੰਦੇ ਸੱਤਾ ਜੀ ਇਹ ਜਿਹੜੀ ਚੜ੍ਹਤ ਹੈ ਇਹ ਸੰਗਤਾਂ ਦੇ ਕਾਰਜ ਦੇ ਵਿੱਚ ਵਰਤੀ ਜਾਂਦੀ ਹੈ, ਇਹ ਸੰਗਤਾਂ ਦੀ ਅਮਾਨਤ ਹੈ ਸਾਡੇ ਕੋਲ, ਜਿਹੜੀ ਚੜ੍ਹਤ ਚੜ੍ਹਦੀ ਹੈ ਇਹ ਸੰਗਤਾਂ ਦੇ ਕਾਰਜ 'ਚ ਲੱਗਦੀ। ਕਹਿੰਦੇ ਕਿਉਂ ਫਿਕਰ ਕਰਦੇ ਹੋ ਆਪ ਜੀ, ਕਿਤੇ ਨਹੀਂ ਕਮੀ ਆਣ ਦੇਗੀ ਸੰਗਤ ਤੁਹਾਡੇ ਕਾਰਜ ਨੂੰ, ਨਾ ਫਿਕਰ ਕਰੋ। ਕਹਿੰਦੇ ਨਹੀਂ ਮਹਾਰਾਜ, ਉਹ ਤਾਂ ਚਲੋ ਪਤਾ ਹੈ, ਪਰ ਤੁਹਾਡੇ ਕੋਲੋਂ ਇਹ ਇੱਕ ਬਚਨ ਚਾਹੀਦਾ ਬਈ ਉਸ ਦਿਨ ਦੀ ਮਾਇਆ, ਕਿਉਂਕਿ ਦੇਖਿਆ ਸੀ ਵਿਸਾਖੀ ਵਾਲੇ ਦਿਨ ਸੰਗਤ ਬਹੁਤ ਅੰਤਾਂ ਦੀ ਸੀ ਸੰਗਤ, ਤੇ ਭੇਟਾਵਾਂ ਬਹੁਤ ਚੜ੍ਹਦੀਆਂ, ਚੜ੍ਹਤ ਬਹੁਤ ਚੜ੍ਹਦੀ। ਕਹਿੰਦੇ ਉਹ ਸਾਰੀ ਚੜ੍ਹਤ ਮਿਲ ਜੇ ਤੇ ਕਾਰਜ ਸੌਖਾ ਹੋ ਜਾਏਗਾ, ਹਾਲੇ ਮਨ ਖੁਪਿਆ ਹੋਇਆ ਮਾਇਆ ਦੇ ਵਿੱਚ, ਹਾਲੇ ਸਤਿਗੁਰ ਦੀ ਸਮਰੱਥਾ ਨੂੰ ਨਹੀਂ ਜਾਣ ਸਕੇ। ਦੂਸਰੀ ਵਾਰੀ ਹੁਣ ਮਹਾਰਾਜ ਨੇ ਸਮਝਾਉਣਾ ਕੀਤਾ, ਕਹਿੰਦੇ ਸੱਤਾ ਜੀ ਕਿਉਂ ਫਿਕਰ ਕਰਦੇ, ਤੁਹਾਡੇ ਕਾਰਜ ਸੋਹਣੇ ਹੋਣਗੇ, ਇਹ ਮਾਇਆ ਜਿਹੜੀ ਅੱਗੇ ਆਉਂਦੀ ਹੈ ਭੇਟਾ, ਇਹ ਸੰਗਤਾਂ ਦੇ ਕਾਰਜਾਂ ਵਾਸਤੇ ਵਰਤੀ ਜਾਂਦੀ ਹੈ, ਇਹ ਸੰਗਤ ਦੀ ਅਮਾਨਤ ਸੰਗਤ ਤੇ ਲਾਈ ਜਾਂਦੀ ਹੈ। ਆਪ ਜੀ ਨੂੰ ਪਤਾ ਨਹੀਂ, ਮਹਾਰਾਜ ਆਪ ਜੀ ਬਚਨ ਕਰੋ, ਆਪ ਜੀ ਬਚਨ ਕਰੋ। ਜਦੋਂ ਮਹਾਰਾਜ ਨੇ ਵੇਖਿਆ ਬਈ ਹਾਲੇ ਮਨ ਮਾਇਆ ਵਿੱਚ ਖੁਬਿਆ ਹੋਇਆ ਹੈ, ਹਾਲੇ ਮਨ ਮਾਇਆ 'ਚ ਖੁਬਿਆ, ਮਹਾਰਾਜ ਕਹਿੰਦੇ ਠੀਕ ਹੈ, ਜਿਵੇਂ ਤੁਹਾਡੀ ਮੌਜ, ਜਿਵੇਂ ਤੁਸੀਂ ਕਹੋਗੇ ਉੱਦਾਂ ਹੀ ਹੋ ਜਾਏਗਾ। ਹੁਣ ਜਦੋਂ ਮਹਾਰਾਜ ਨੇ ਇੰਨੀ ਗੱਲ ਕਹੀ ਜਿਵੇਂ ਤੁਸੀਂ ਕਹੋਗੇ ਉੱਦਾਂ ਹੀ ਹੋ ਜਾਏਗਾ, ਨਾਲੇ ਹੋ ਗਏ ਪ੍ਰਸੰਨ, ਤੇ ਨਾਲੇ ਸਤਸੰਗ ਜਿਹੜੀ ਅੰਦਰ ਦੀ ਹੋਮੇ ਸੀ ਉਹਨੂੰ ਹੋਰ ਪੱਠੇ ਪੈ ਗਏ। ਆਖੋ ਸਤਨਾਮ। ਇਹ ਦੇਖਿਆ
ਮਹਾਰਾਜ ਨੇ ਮੰਨ ਲਈ ਗੱਲ ਆਖੋ ਸਤਨਾਮ। ਇੱਕ ਹੁੰਦੀ ਹੈ ਬੇਨਤੀ ਲਾਣੀ ਤੇ ਅੱਗੋਂ ਮੰਨੀ ਜਾਵੇ ਤੇ ਬੰਦਾ ਸ਼ੁਕਰ ਸ਼ੁਕਰ ਕਰਦਾ, ਸ਼ੁਕਰ ਹੈ ਮੰਨੀ ਗਈ। ਤੇ ਇੱਕ ਜਦੋਂ ਬੇਨਤੀ ਮੰਨੀ ਜਾਂਦੀ ਹੈ ਤੇ ਬੰਦਾ ਕਈ ਵਾਰੀ ਹੋਮੇ 'ਚ ਆ ਜਾਂਦਾ ਕਿ ਮੈਂ ਬੇਨਤੀ ਲਾਈ ਸੀ, ਦੇਖਿਆ ਮੰਨੀ ਗਈ। ਦੋ ਦ੍ਰਿਸ਼ ਨੇ, ਦੋ ਦ੍ਰਿਸ਼ ਜਦੋਂ ਕਿਸੇ ਦੀ ਮੰਨੀ ਜਾਂਦੀ ਹੈ ਇੱਕ ਕਰਦਾ ਸ਼ੁਕਰਾਨਾ, ਤੇ ਜਦੋਂ ਦੂਸਰੇ ਦੀ ਮੰਨੀ ਜਾਂਦੀ ਹੈ ਸਤਸੰਗਤ ਉਹਦੀ ਹੋਮੇ ਨੂੰ ਹੋਰ ਪੱਠੇ ਪੈ ਜਾਂਦੇ ਨੇ। ਦੇਖਿਆ ਆਪਾਂ ਕਿਹਾ ਮੰਨ ਲਿਆ ਨਾ, ਸਾਡਾ ਕਿਹਾ ਨਹੀਂ ਡਾਲ ਸਕਦੇ, ਸਾਡਾ ਕਿਹਾ ਨਹੀਂ ਡਾਲ ਸਕਦੇ, ਮੰਨਣੀ ਪਈ। ਆਖੋ ਸਤਨਾਮ। ਏਦਾਂ ਦੀ ਹੋਮੇ ਸਤਸੰਗ ਸਿਰ ਚੜ ਬੋਲ ਪਈ ਸੱਤਾ ਬਲਵੰਡਾ ਜੀ ਦੇ। ਸੁਣੋ ਬੇਨੰਤੀਆ ਸਵਾਮੀ ਮੇਰੇ ਰਾਮ, ਸੁਣੋ ਬੇਨੰਤੀਆ ਸਵਾਮੀ ਮੇਰੇ ਰਾਮ। ਓਟ ਅਪਰਾਧ ਭਰੇ ਵੀ ਤੇਰੇ ਚੇਰੇ ਕਰਿਆ ਕਰਦੇ ਸੀ। ਕਹਿੰਦੇ ਕਿਸੇ ਨੇ ਹੀਰੇ ਦਾਨ ਕੀਤੇ ਹੋਣ, ਹੀਰੇ ਸੁਣਨਾ, ਕਿਸੇ ਨੇ ਹੀਰੇ ਦਾਨ ਕੀਤੇ ਹੋਣ ਤਾਂ ਕੀਰਤਨ ਦੀ ਦਾਤ ਮਿਲਦੀ ਹੈ। ਆਖੋ ਸਤਨਾਮ। ਤਾਂ ਕੀਰਤਨ ਦੀ ਬੜੀ ਮਹਿੰਗੀ ਦਾਤ, ਬੜੀ ਮਹਿੰਗੀ ਦਾਤ। ਠੀਕ ਹੈ, ਅਗਰ ਮਹਾਰਾਜ ਨੇ ਕਿਰਤ ਲਿਖ ਦਿੱਤੀ ਹੈ, ਇਹ ਮਸਤਕ ਤੇ ਕਿਰਤ ਲਿਖ ਦਿੱਤੀ ਹੈ ਕਿ ਚਲੋ ਇਹਦਾ ਪਰਿਵਾਰ ਕੀਰਤਨ ਤੋਂ ਚੱਲੇਗਾ, ਮੁਬਾਰਕ, ਉਹ ਭੇਟਾ ਲਵੇ। ਪਰ ਭੇਟਾ ਲੈਣੀ ਗੱਲ ਹੋਰ ਹੈ ਤੇ ਸ਼ਰਧਾ ਚ ਕੀਰਤਨ ਕਰਨਾ ਗੱਲ ਹੋਰ ਹੈ। ਆਪ ਸਤਨਾਮ। ਜਿਹਦਾ ਕੀਰਤਨ ਕਰ ਰਹੇ ਹਾਂ ਨਾ, ਜਿਹਦਾ ਕੀਰਤਨ ਕਰ ਰਹੇ ਹਾਂ, ਜਿਹਦੇ ਸ਼ਬਦ ਪੜ ਰਹੇ ਹਾਂ, ਉਹਦੇ ਤੇ ਇੰਨੀ ਅਕੀਦਾ ਹੋਵੇ, ਇੰਨਾ ਵਿਸ਼ਵਾਸ ਹੋਵੇ, ਇੰਨਾ ਵਿਸ਼ਵਾਸ ਹੋਵੇ ਕਿ ਜਿਹਦਾ ਸ਼ਬਦ ਪੜ ਰਹੇ ਹੋ ਉਹਦੇ ਵਿੱਚ ਤੇ ਵਾਹਿਗੁਰੂ ਜੀ ਵਿੱਚ ਕੋਈ ਅੰਤਰ ਨਾ ਜਾਣੋ, ਗੁਰੂ ਵਿੱਚ ਤੇ ਪਰਮੇਸ਼ਰ 'ਚ ਕੋਈ ਅੰਤਰ ਨਾ ਜਾਣੋ। ਆਖੋ ਸਤਨਾਮ। ਕਈ ਵਾਰੀ ਕਈ ਵਾਰੀ ਬੰਦਾ ਕੀਰਤਨ ਤਾਂ ਕਰ ਰਿਹਾ ਹੁੰਦਾ, ਧਿਆਨ ਮਾਇਆ 'ਚ ਖੁੱਭਿਆ ਹੋਇਆ, ਧਿਆਨ ਮਾਇਆ 'ਚ ਖੁੱਭਿਆ, ਮਾਇਆ ਤਾਂ ਮਿਲ ਹੀ ਜਾਏਗੀ, ਜੋ ਸੰਗਤ ਨੇ ਦੇਣਾ ਦੇ ਹੀ ਦੇਣਾ, ਜੋ ਪ੍ਰਬੰਧਕਾਂ ਨੇ ਦੇਣਾ ਦੇ ਹੀ ਦੇਣਾ,
ਹੁਣ ਕੀਰਤਨ ਕਰਨ ਬੈਠੇ ਹਾਂ, ਹੁਣ ਧਿਆਨ ਜਿਹਦਾ ਕੀਰਤਨ ਕਰ ਰਹੇ ਹਾਂ ਧਿਆਨ ਉਹਦੇ 'ਚ ਹੋਵੇ, ਆਪੋ ਸਤਨਾਮ ਧਿਆਨ ਉਹਦੇ 'ਚ ਹੋਵੇ, ਇੱਕ ਨਿਉਂ ਲੱਗਿਆ ਹੋਵੇ ਸਾਧ ਸੰਗਤ ਨਿਉਂ ਲੱਗਿਆ। ਚਲੋ ਮਾਇਆ ਲੈਣੀ ਗੁਜਰਾਨ ਖਾਤਰ ਠੀਕ ਹੈ, ਪਰ ਜਿਹਦਾ ਕੀਰਤਨ ਕਰ ਰਹੇ ਹਾਂ ਵਿਕਿਆ ਹੋਵੇ ਇਹ ਮਨ ਗੁਰੂ ਅੱਗੇ ਵਿਕਿਆ ਹੋਵੇ, ਖੇਡ ਮਨ ਵਿਕਣ ਦੀ ਹੈ। ਜਦ ਤੱਕ ਮਨ ਨਹੀਂ ਵਿਕਿਆ ਤਾਂ ਤੱਕ ਸਾਧ ਸੰਗਤ ਪ੍ਰੇਮਾ ਭਗਤੀ ਨਹੀਂ ਮਿਲਦੀ ਜੀ। ਪ੍ਰੇਮਾ ਭਗਤੀ ਉਦੋਂ ਜਦੋਂ ਮਨ ਦਿਓ ਸੱਚਾਈ। ਹੁਣ ਸਾਧ ਸੰਗਤ ਨੇਤ ਗੁਰੂ ਨਾਨਕ ਦੀ ਉਸ ਸਮੇਂ ਦੇ ਵਿੱਚ ਉਸ ਹਾਲਾਤ ਦੇ ਵਿੱਚ ਪ੍ਰਿਥੀ ਚੰਦ ਨੇ ਨਾਕਾਬੰਦੀ ਕੀਤੀ ਹੋਈ ਸੀ, ਸੰਗਤਾਂ ਨੂੰ ਗੁਰੂ ਅਰਜਨ ਦੇਵ ਜੀ ਤੱਕ ਨਹੀਂ ਪਹੁੰਚਣ ਦੇ ਰਿਹਾ ਸੀ, ਇੱਧਰ ਆਪਣੇ ਸਥਾਨ ਤੱਕ ਡਾਇਵਰਟ ਕਰ ਰਿਹਾ ਸੀ ਪ੍ਰਿਥੀ ਚੰਦ। ਤੇ ਤੁਹਾਨੂੰ ਇਤਿਹਾਸ ਪਤਾ ਹੋਵੇ, ਇੱਕ ਸਮਾਂ ਐਸਾ ਆ ਗਿਆ ਸੀ, ਆਪ ਜੀ ਨੇ ਸਾਖੀ ਸੁਣੀ ਹੋਣੀ ਆ ਪੰਡਿਤ ਗੰਗਾ ਰਾਮ ਦੀ, ਜਿਹੜਾ ਬਾਜਰਾ ਲੈ ਕੇ ਆਇਆ ਸੀ, ਮਹਾਰਾਜ ਨੇ ਇਹਦੇ ਕੋਲ ਬਾਜਰਾ ਲਿਆ ਸੀ ਉਧਾਰ, ਤੇ ਉਹ ਵਿਸਾਖੀ ਤੋਂ ਬਾਅਦ ਫਿਰ ਉਹਨੂੰ ਮਾਇਆ ਦਿੱਤੀ ਸੀ। ਲੰਗਰਾਂ ਦੇ ਵਿੱਚ ਛੋਲੇ ਤੱਕ ਵੰਡੇ ਗਏ, ਪ੍ਰਸ਼ਾਦੇ ਮਸਤਾਨੇ ਹੋ ਗਏ ਸਤਸੰਗ। ਹੁਣ ਸੰਗਤ ਇੱਥੇ ਪਹੁੰਚ ਨਹੀਂ ਰਹੀ, ਡਾਇਵਰਟ ਹੋ ਗਈ, ਉਹਨਾਂ ਨੇ ਪ੍ਰਿਥੀ ਚੰਦ ਜੀ ਨੇ ਡਾਇਵਰਟ ਕਰਤਾ ਸੀ। ਇਸ ਕਾਰਨ ਕਰਕੇ ਵਿਸਾਖੀ ਦਾ ਜਿਹੜਾ ਪੁਰਬ ਸੀ ਸੰਗਤ ਘੱਟ ਪਹੁੰਚੀ ਤੇ ਭੇਟਾਂ ਘੱਟ ਹੋਈ। ਹੁਣ ਅੱਗੇ ਭੇਟਾਂ ਘੱਟ, ਤੇ ਇਕਰਾਰ ਸੀ ਜੋ ਭੇਟਾ ਹੋਏਗੀ ਉਹ ਸਾਡੀ। ਜਦੋਂ ਕੀਰਤਨ ਦੀ ਸਮਾਪਤੀ ਹੋਈ ਮਹਾਰਾਜ ਨੇ ਸਿੱਖਾਂ ਨੂੰ ਕਿਹਾ, ਕਹਿੰਦੇ ਸਾਰੀ ਭੇਟਾ ਲਪੇਟੋ ਤੇ ਦੇ ਦਿਓ ਸੱਤਾ ਜੀ ਨੂੰ। ਹੁਣ ਜਦੋਂ ਸਾਧ ਸੰਗਤ ਉਹ ਸਾਰੀ ਭੇਟਾ ਲਪੇਟੀ ਤੇ ਜਦੋਂ ਸੱਤਾ ਜੀ ਨੂੰ ਦਿੱਤੀ ਤੇ ਉਹ ਤਾਂ ਵੇਖ ਕੇ ਸੜ ਗਏ, ਕਹਿੰਦੇ ਮਹਾਰਾਜ ਆ ਕੀ, ਇਹ ਤਾਂ ਕੁਝ ਵੀ ਨਹੀਂ, ਇਹਦੇ ਨਾਲ ਕਾਰਜ ਕੀ ਹੋਣਾ। ਕਹਿੰਦੇ ਬਾਈ ਤੁਹਾਡਾ ਇਕਰਾਰ ਸੀ ਕਿ ਜਿਹੜੀ ਭੇਟਾ ਹੋਏਗੀ ਦਰਸ਼ਨੀ ਭੇਟਾ ਉਹ ਉਸ ਦਿਨ ਦੀ ਸਾਰੀ ਸਾਡੀ, ਤੇ ਕਹਿੰਦੇ ਅਸੀਂ ਆਪਣਾ ਇਕਰਾਰ ਪੂਰਾ ਕੀਤਾ। ਇਹਨਾਂ ਦੇ ਮਨ ਦੇ ਵਿੱਚ ਸਾਧ ਸੰਗਤ ਗਲਤ ਚੀਜ਼ਾਂ ਗਲਤ ਉਹ ਫੁਰਨੇ ਉੱਠਣੇ ਸ਼ੁਰੂ ਹੋ ਗਏ ਕਿ ਮਹਾਰਾਜ ਨੇ ਜਾਣ ਕੇ ਰੋਕਿਆ ਹੋਣਾ ਸੰਗਤ, ਮਹਾਰਾਜ ਨੇ ਜਾਣ ਕੇ ਇਦਾਂ ਦਾ ਕੰਮ ਕੀਤਾ ਸਾਡੇ ਨਾਲ। ਨੈਗੇਟਿਵ ਥੋਟਸ ਆਉਣੇ ਸ਼ੁਰੂ ਹੋ ਗਏ। ਮਹਾਂਪੁਰਖ ਬਚਨ ਕਰਦੇ ਸਨ, ਕਹਿੰਦੇ ਸਭ ਤੋਂ ਮਨਹੂਸ ਦਿਨ ਉਹ ਗਿਣੀ, ਕਹਿੰਦੇ ਨਾ ਸਭ ਤੋਂ ਮਨਹੂਸ ਦਿਨ ਉਹ ਗਿਣੀ, ਉਹ ਜਿਸ ਦਿਨ ਤੇਰੇ ਮਨ ਦੇ ਵਿੱਚ ਆਪਣੇ ਗੁਰੂ ਪੀਰ ਪ੍ਰਤੀ ਤ੍ਰੇੜੀ ਆਣੀ ਸ਼ੁਰੂ ਹੋ ਜਾਏ। ਆਖੋ ਸਤਨਾਮ, ਸਭ ਤੋਂ ਮਨਹੂਸ ਦਿਨ ਹੈ ਉਹ ਜਿਸ ਦਿਨ ਮੇਰੇ ਮਨ ਦੇ ਵਿੱਚ ਮੇਰੇ ਗੁਰੂ ਪੀਰ ਲਈ ਤ੍ਰੇੜੀ ਆ ਜਾ। ਹੁਣ ਤ੍ਰੇੜੀ ਆਣੀ ਸ਼ੁਰੂ ਹੋ ਗਈ, ਮਾਇਆ ਲਈ ਬੋਲੇ ਕੁਝ ਨਹੀਂ, ਔਖੇ ਜੇ ਹੋ ਕੇ ਸਾਧ ਸੰਗਤ ਘਰ ਚਲੇ। ਹੁਣ ਅਗਲਾ ਦਿਨ ਹੋਇਆ ਸਵੇਰ, ਸੰਗਤ ਹੁਣ ਉਡੀਕ ਰਹੀ ਹੈ, ਮਹਾਰਾਜ ਵੀ ਆ ਕੇ ਆਸਣ ਤੇ ਬਹਿ ਗਏ ਤੇ ਪੁੱਛਣ ਲੱਗੇ ਸੱਤਾ ਜੀ ਨਹੀਂ ਆਏ, ਬਲਵੰਡ ਜੀ ਨਹੀਂ ਆਏ ਜੀ, ਨਹੀਂ ਆਏ, ਇੰਨੀ ਦੇਰ ਹੋ ਗਈ ਬਈ ਆਏ ਕਿਉਂ ਨਹੀਂ, ਅੱਗੇ ਤਾਂ ਸਮੇਂ ਤੋਂ ਪਹਿਲੇ ਆ ਜਾਂਦੇ ਸਨ। ਸਿੱਖ ਨੂੰ ਭੇਜਿਆ, ਕਹਿੰਦੇ ਜਾਓ ਜਾ ਕੇ ਵੇਖੋ ਔਰ ਸੱਦ ਕੇ ਲਿਆ। ਜਦੋਂ ਸਿੱਖ ਪਹੁੰਚੇ
ਬੜੇ ਮਾੜੇ ਬੋਲ ਬੋਲੇ ਜੀ ਸੱਤਾ ਬਲਵੰਡਾ ਜੀ ਨੇ, ਬਹੁਤ ਮਾੜੇ ਬੋਲ ਬੋਲੇ ਤੇ ਭੇਜ ਦਿੱਤਾ। ਸਿੱਖਾਂ ਨੇ ਆ ਕੇ ਮਹਾਰਾਜ ਨੂੰ ਦੱਸਿਆ, ਕਹਿੰਦੇ ਮਹਾਰਾਜ ਉਹ ਨਹੀਂ ਆਉਂਦੇ। ਦੂਜੀ ਵਾਰੀ ਫਿਰ ਭੇਜਿਆ ਸਿੱਖ, ਕਹਿੰਦੇ ਕੋਈ ਨਹੀਂ, ਗੁਰੂ ਨਾਨਕ ਦੇ ਘਰ ਦੇ ਕੀਰਤਨੀਏ ਨੇ। ਆਖੋ ਸਤਨਾਮ, ਐਡਾ ਸਤਿਕਾਰ, ਗੁਰੂ ਨਾਨਕ ਦੇ ਘਰ ਦੇ ਕੀਰਤਨੀਏ ਨੇ, ਜਾਓ ਫਿਰ ਜਾਓ। ਮਹਾਰਾਜ ਬੜੇ ਮਾੜੇ ਬੋਲ ਬੋਲਦੇ ਨੇ, ਨਹੀਂ ਕੋਈ ਨਹੀਂ ਫਿਰ ਜਾ। ਗਏ, ਬੂਹਾ ਖੜਕਾਇਆ, ਬੂਹਾ ਖੋਲਿਆ ਅੰਦਰੋਂ, ਫਿਰ ਮਾੜੇ ਬੋਲ ਉਹਨਾਂ ਨੇ। ਹੁਣ ਦਾਸ ਉਹ ਬੋਲ ਬੋਲਣਾ ਨਹੀਂ ਚਾਹੁੰਦਾ, ਮਾੜੇ ਬੋਲ ਬੋਲ ਕੇ ਸਾਸਕ ਤੋਰ ਦਿੱਤਾ, ਨਹੀਂ ਆਏ। ਮਹਾਰਾਜ ਕਹਿੰਦੇ ਅੱਛਾ, ਦੋ ਵਾਰੀ ਸੱਦੇ ਤੇ ਨਹੀਂ? ਕਹਿੰਦੇ ਹੁਣ ਅਸੀਂ ਆਪ ਜਾਵਾਂਗੇ। ਆਖੋ ਸਤਨਾਮ, ਹੁਣ ਅਸੀਂ ਆਪ ਜਾਵਾਂਗੇ। ਮਹਾਰਾਜ ਦੋ ਵਾਰੀ ਬੁਲਾਇਆ, ਆਏ ਨਹੀਂ, ਅਸੀਂ ਆਪ ਜਾਵਾਂਗੇ। ਅਰਸ਼ਾਂ ਦੇ ਮਾਲਕ ਸੱਸ, ਅਰਸ਼ਾਂ ਦੇ ਮਾਲਕ, ਤਿੰਨੋਂ ਭਵਨਾਂ ਨੂੰ ਰਿਜਕ ਦੇਣ ਵਾਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਬਾਰੇ ਭੱਟ ਕਹਿੰਦੇ ਨੇ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪਰ ਤਖ ਹਰ, ਪਰ ਤਖ ਹਰ। ਆਪ ਸਾਧ ਸੰਗਤ ਚੱਲ ਕੇ ਜਾ ਰਹੇ, ਬੂਹਾ ਖੜਕਾਇਆ, ਸੱਤਾ ਜੀ ਬਲਵੰਡ ਜੀ ਬੂਹਾ ਖੋਲੋ, ਚਲੋ ਅਸੀਂ ਆਪ ਤੁਹਾਨੂੰ ਲੈਣ ਆਏ ਹਾਂ। ਆਖੋ ਸਤਨਾਮ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਰੱਬ ਰੂਪ ਮੇਰੇ ਗੁਰੂ ਨਾਨਕ, ਪੰਜਵੇਂ ਗੁਰੂ ਨਾਨਕ, ਬੂਹਾ ਖੜਕਾ ਰਹੇ। ਹੁਣ ਅੰਦਰੋਂ ਬੂਹਾ ਖੋਲਿਆ, ਕੋਈ ਨਮਸਕਾਰ ਨਹੀਂ, ਕੋਈ ਡੰਡੋਤ ਨਹੀਂ। ਸਾਧ ਸੰਗਤ ਅਰਦਾਸ ਕਰੀਏ, ਹੇ ਗਰੀਬ ਨਿਵਾਜ, ਐਸਾ ਮਨਹੂਸ ਦਿਨ ਸਾਡੀ ਜ਼ਿੰਦਗੀ 'ਚ ਕਦੇ ਵੀ ਨਾ ਆਵੇ। ਆਖੋ ਸਤਨਾਮ, ਐਸਾ ਮਨਹੂਸ ਦਿਨ ਕਿਸ ਉਹ ਜ਼ਿੰਦਗੀ 'ਚ ਨਾ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰ ਓਲੇ, ਜਿੰਦ ਕੱਢ ਲੈ ਉਹ ਦਿਹਾੜਾ ਨਾ ਵਿਖਾਈ, ਜਿਸ ਦਿਹਾੜੇ ਦੇ ਵਿੱਚ ਗੁਰੂ ਤੂੰ ਬੇਮੁੱਖ ਹੋ ਜਾ, ਉਹ ਦਿਹਾੜਾ ਹੀ ਨਾ ਮੇਰੇ ਜੀਵਨ 'ਚ ਆਵੇ। ਹੁਣ ਕੋਈ ਨਮਸਕਾਰ ਨਹੀਂ ਕੀਤੀ, ਕੋਈ ਡੰਡਵਤ ਪ੍ਰਣਾਮ ਨਹੀਂ। ਮਹਾਰਾਜ ਜੀ ਨੇ ਕਿਹਾ, ਕਹਿੰਦੇ ਬਲਵੰਡ ਜੀ ਚਲੋ ਭਾਈ, ਸੱਤਾ ਜੀ ਕਰੋ ਤਿਆਰੀ, ਚਲੋ। ਤੇ ਥੋੜੀ ਜੀ ਹਲੀਮੀ ਵਰਤੀ ਮਹਾਰਾਜ ਦੇ ਨਾਲ, ਕਹਿੰਦੇ ਜੀ ਅਸੀਂ ਨਹੀਂ ਕੀਰਤਨ ਕਰਨਾ। ਕਹਿੰਦੇ ਕਿਉਂ ਨਾਰਾਜ਼ ਹੁੰਦੇ ਹੋ? ਤੁਹਾਨੂੰ ਜੋ ਕਿਹਾ, ਤੁਹਾਡੀ ਧੀ ਸੰਗਤ ਦੀ ਧੀ ਹੈ, ਬੜੇ ਸੋਹਣੇ ਕਾਰਜ ਹੋਣਗੇ, ਕਿਉਂ ਘਬਰਾਉਂਦੇ ਹੋ? ਤੁਹਾਡੀ ਸੋਚ ਨਾਲੋਂ ਵੱਡੇ ਕਾਰਜ ਹੋਣਗੇ। ਗੁਰੂ ਬੋਲਾਂ ਤੇ ਹਾਲੇ ਪ੍ਰਤੀਤ ਨਹੀਂ ਆਈ, ਹਾਲੇ ਪ੍ਰਤੀਤ ਨਹੀਂ ਆਈ। ਸਤਸੰਗ, ਮੈਂ ਸੋਚਦਾ ਵਾਂ ਬਈ ਗੁਰੂ ਦੇ ਐਡੀ ਨੇੜੇ ਰਹਿ ਕੇ ਵੀ ਕੋਈ ਖਾਲੀ ਰਹਿ ਜਾ, ਕੋਈ ਖਾਲੀ ਰਹਿ ਜਾ। ਰੋਜ਼ ਕੀਰਤਨ ਕਰਨਾ ਸੱਤਾ ਜੀ ਨੇ, ਬਲਵੰਡ ਜੀ ਨੇ, ਪਰ ਅੱਜ ਮਨ ਦੀ ਦਸ਼ਾ ਕਿੱਥੇ ਪਹੁੰਚੀ ਹੋਈ ਹੈ, ਕਿੱਥੇ ਪਹੁੰਚੀ ਹੋਈ ਹੈ? ਮਹਾਰਾਜ ਕਹਿ ਰਹੇ ਨੇ, ਕਹਿੰਦੇ ਸੱਤਾ ਜੀ ਤੁਹਾਡੀ ਧੀ ਸੰਗਤ ਦੀ ਧੀ, ਕੋਈ ਕਮੀ ਨਹੀਂ ਆਏਗੀ, ਚਲੋ ਕੀਰਤਨ ਕਰੋ। ਹੁਣ ਮਨ 'ਚ ਗੁੱਸਾ ਸੀ, ਕਹਿੰਦਾ ਨਹੀਂ ਮਹਾਰਾਜ, ਹੁਣ ਨਹੀਂ ਕੀਰਤਨ ਹੋਣਾ।
ਪੌਣੇ ਕੀਰਤਨ ਹੋਣਾ ਤੇ ਮਹਾਰਾਜ ਨੇ ਫਿਰ ਦੁਬਾਰਾ ਬੇਨਤੀ ਕੀਤੀ। ਇੱਕ ਨਾ ਮਨੁੱਖੀ ਸੁਭਾਅ ਇਹ ਵੀ ਹੈ, ਜਿਹੜਾ ਬੰਦਾ ਨੀਵਾਂ ਪੈ ਰਿਹਾ, ਜਦੋਂ ਨੀਵਾਂ 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 ਪੈਂਦਾ ਜਾਵੇ ਦੂਸਰਾ ਹੋਰ ਉੱਚਾ ਉੱਚਾ ਹੋਈ ਜਾਂਦਾ, ਉੱਚਾ ਉੱਚਾ ਹੋਈ ਜਾਂਦਾ। ਜਿਵੇਂ ਪੰਜਾਬੀ 'ਚ ਅਸੀਂ ਕਹਿੰਦੇ ਬਈ ਤੂੰ ਤਾਂ ਹੋਰ ਹੀ ਚੌੜਾ ਹੋਈ ਜਾਂਦਾ, ਹੈ ਮੈਂ ਨੀਵਾਂ ਪਈ ਤੂੰ ਹੋਰ ਚੌੜਾ ਹੋਈ ਜਾਂਦਾ, ਠੇਠ ਪੰਜਾਬੀ 'ਚ ਆਪਾਂ ਇੱਦਾਂ ਹੀ ਕਹਿੰਦੇ। ਹਾਂਜੀ, ਉਹ ਗੱਲ ਉੱਦਾਂ ਹੀ ਹੋ ਰਹੀ ਹੈ ਮਹਾਰਾਜ, ਜਿੱਦਾਂ ਜਿੱਦਾਂ ਨੀਵੇਂ ਪੈ ਰਹੇ ਨੇ ਉਹ ਹੋਰ ਚੜ੍ਹਦੇ ਜਾ ਰਹੇ, ਉਹ ਹੋਰ ਚੜ੍ਹਦੇ ਜਾ ਰਹੇ। ਤੇ ਇੱਥੇ ਤੱਕ ਬੋਲ ਬੋਲ ਦਿੱਤੇ, ਕਹਿੰਦੇ ਮਹਾਰਾਜ ਸਾਡੇ ਕਰਕੇ ਦਰਬਾਰ ਸਜਦੇ ਨੇ, ਸਾਡੇ ਕਰਕੇ ਦਰਬਾਰ ਸਜਦੇ ਨੇ, ਸਾਡੇ ਕਰਕੇ ਰੌਣਕਾਂ ਨੇ, ਅਸੀਂ ਗਾਉਂਦੇ ਹਾਂ ਸੰਗਤਾਂ ਝੂਮਦੀਆਂ। ਮਹਾਰਾਜ ਕਹਿਣ ਲੱਗੇ ਸੱਚ ਕਹਿੰਦੇ ਹੋ, ਗੁਰੂ ਕੇ ਕੀਰਤਨੀ ਹੈ, ਤੁਸੀਂ ਸੱਚ ਕਹਿੰਦੇ ਹੋ, ਤੁਹਾਡੇ ਕਰਕੇ ਦਰਬਾਰ ਸੋਭਦੇ ਨੇ, ਤੁਸੀਂ ਗਾਉਂਦੇ ਹੋ ਸੰਗਤਾਂ ਝੂਮਦੀਆਂ, ਚਲੋ ਕੀਰਤਨ ਕਰੋ ਆਖੋ ਸਤਨਾਮ। ਇੱਥੇ ਤੱਕ ਗੱਲ ਪਹੁੰਚ ਗਈ। ਹੁਣ ਜਦੋਂ ਮਹਾਰਾਜ ਇੱਥੇ ਵੀ ਨੀਵੇਂ ਪੈ ਗਏ, ਹੁਣ ਹੋਰ ਉੱਪਰ ਚਲੇ ਗਏ, ਬਸ ਆਹ ਸਟੈਪ ਜਿਹੜਾ ਸੀ ਉਹ ਮਾੜਾ ਸੀ। ਇੱਥੇ ਤੱਕ ਤਾਂ ਮਹਾਰਾਜ ਨੇ ਝੱਲ ਲਿਆ ਕਿ ਜਦੋਂ ਕਿਹਾ ਨਾ ਕਿ ਅਸੀਂ ਕੀਰਤਨ ਕਰਦੇ ਹਾਂ ਤੇ ਰੌਣਕਾਂ ਲੱਗਦੀਆਂ, ਅਸੀਂ ਕੀਰਤਨ ਕਰਦੇ ਹਾਂ ਸੰਗਤਾਂ ਜੁੜਦੀਆਂ, ਇੱਥੇ ਤੱਕ ਤਾਂ ਠੀਕ। ਮਹਾਰਾਜ ਨੇ ਜਰ ਲਿਆ, ਕਹਿੰਦੇ ਸੱਚ ਕਹਿੰਦੇ ਹੋ, ਤੁਹਾਡੇ ਕਰਕੇ ਰੌਣਕਾਂ ਨੇ, ਗੁਰੂ ਕੇ ਕੀਰਤਨੀਏ, ਚਲੋ ਚਲੋ ਕੀਰਤਨ ਕਰੋ। ਇੱਥੇ ਤੱਕ ਠੀਕ ਸੀ। ਹੁਣ ਜਿਹੜਾ ਇੱਕ ਸਟੈਪ ਹੋਰ ਉੱਪਰ, ਉਹ ਮਾੜਾ ਹੋ ਗਿਆ, ਉਹਨਾਂ ਦੀ ਰਸਨਾ ਤੋਂ ਨਿਕਲ ਗਿਆ। ਕਹਿੰਦੇ ਸੱਚ ਜੇ ਗੁਰੂ ਨਾਨਕ ਦੇ ਨਾਲ ਮਰਦਾਨਾ ਨਾ ਹੁੰਦੇ, ਸਾਡੀ ਗੋਤ ਦੇ ਮਰਦਾਨਾ ਨਾ ਹੁੰਦੇ, ਸਾਡੀ ਜਾਤ ਦੇ ਮਰਦਾਨਾ ਨਾ ਹੁੰਦੇ, ਤੇ ਬਾਬੇ ਨਾਨਕ ਦੀ ਬਾਤ ਵੀ ਨਾ ਕੋਈ ਪੁੱਛਦਾ। ਕੋ ਸਤਨਾਮ। ਤੇ ਗੁਰ ਕੀ ਨਿੰਦਾ ਸੁਣੇ ਨਾ ਕਾਨ, ਆਖੋ ਸਤਨਾਮ। ਆਪਣੇ ਗੁਰੂ ਪੀਰ ਮੁਰਸ਼ਦ ਦੀ ਨਿੰਦਾ ਉਹ ਬਰਦਾਸ਼ਤ ਨਹੀਂ ਹੋ ਸਕਦੀ, ਉਹ ਬਰਦਾਸ਼ਤ। ਉੱਥੇ ਤੱਕ ਠੀਕ ਸੀ ਕਿ ਸਾਡੇ ਕਰਕੇ ਰੌਣਕ ਲੱਗਦੀ, ਪਰ ਜਦੋਂ ਇੰਨੀ ਗੱਲ ਕਹਿਤੀ ਕਿ ਜੇ ਸਾਡੇ ਬਾਬਾ ਮਰਦਾਨਾ ਜੀ ਨਾ ਹੁੰਦੇ, ਕਹਿੰਦੇ ਗੁਰੂ ਨਾਨਕ ਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਸੀ, ਪੁੱਛਣਾ ਵੀ ਨਹੀਂ ਸੀ। ਬਸ ਇੰਨੀ ਗੱਲ ਕਹੀ, ਮਹਾਰਾਜ ਕਹਿਣ ਲੱਗੇ ਸਿੱਖਾਂ ਨੂੰ, ਕਹਿੰਦੇ ਚਲੋ ਭਾਈ ਫਿੱਟ ਗਏ ਨੇ, ਆਖੋ ਸਤਨਾਮ, ਚਲੋ ਚਲੀਏ, ਫਿੱਟ ਗਏ ਨੇ, ਹੁਣ ਨਹੀਂ ਮਨਾਉਣਾ, ਹੁਣ ਨਹੀਂ ਮਨਾਉਣਾ। ਵਾਪਸ ਆ ਗਏ, ਤੇ ਜਦੋਂ ਵਾਪਸ ਆਏ ਮਹਾਰਾਜ, ਹੁਣ ਕੀਰਤਨ ਪਾਤਸ਼ਾਹ ਨੇ ਕਿਸੇ ਦੇ ਹੱਥ 'ਚ ਸਰੰਦਾ ਫੜਾ ਤਾ, ਕਿਸੇ ਦੇ ਹੱਥ 'ਚ ਜੋੜੀ ਫੜਾ ਤੀ, ਕਹਿੰਦੇ ਸਿੱਖੋ ਹੁਣ ਤੁਸੀਂ ਕੀਰਤਨ ਕਰੋ, ਆਖੋ ਸਤਨਾਮ। ਤੇ ਸਾਰੇ ਕਹਿਣ ਲੱਗੇ ਮਹਾਰਾਜ ਸਾਨੂੰ ਤਾਂ ਕੋਈ ਰਾਗ ਵਿਦਿਆ ਸਮਝ ਨਹੀਂ, ਕੋਈ ਕੀਰਤਨ ਦੀ ਸੋਝੀ ਨਹੀਂ। ਕਹਿੰਦੇ ਤੁਸੀਂ ਤਾਰ ਛੇੜੋ, ਤੁਸੀਂ ਕੀਰਤਨ ਆਰੰਭ ਕਰੋ, ਗੁਰੂ ਨਾਨਕ ਆਪੇ ਵਰਤਣਗੇ, ਆਖੋ ਸਤਨਾਮ। ਵਾਹਿਗੁਰੂ ਸਤਿ ਸ੍ਰੀ ਅਕਾਲ। ਇਤਿਹਾਸ ਲਿਖਦਾ ਉਸ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਵੀ ਕੀਰਤਨ ਕੀਤਾ, ਆਖੋ ਸਤਨਾਮ। ਆਪ ਸਰਹੰਦਾ ਲਿਆ, ਆਪ ਪਹਿਲੇ ਕੀਰਤਨ ਕੀਤਾ, ਫਿਰ ਸੰਗਤਾਂ ਨੂੰ ਦਿੱਤਾ ਕੀਰਤਨ ਕਰੋ। ਇੱਥੋਂ ਸਾਤ ਸੰਗਤ ਸੰਗਤ ਦੇ ਵਿੱਚ ਆ ਕੀਰਤਨ ਦੀ ਦਾਤ ਝੋਲੀ ਚਿੰਬੀ। ਪਤਾ ਨਹੀਂ ਕਿਹੜਾ ਸਮਾਂ ਸੀ ਭਾਗਾਂ ਵਾਲਾ, ਜਿਸ ਭਾਗਾਂ ਵਾਲੇ ਸਮੇਂ ਦੇ ਕਰਕੇ ਸਾਤ ਸੰਗਤ ਆ ਦਾਤ ਸਾਡੀ ਝੋਲੀ 'ਚ ਪੈ ਗਈ। ਹੁਣ ਸੰਗਤਾਂ ਨੇ ਪੁੱਛਿਆ, ਕਹਿੰਦੇ ਮਹਾਰਾਜ ਹੁਣ ਸੱਤਾ ਜੀ ਬਲਵੰਡਾ ਜੀ ਨੂੰ ਕੀ ਕਰਨਾ,
ਮਹਾਰਾਜ ਕਹਿੰਦੇ ਹੁਣ ਕੋਈ ਮੂੰਹ ਨਹੀਂ ਲਾਏਗਾ, ਹੁਣ ਕੋਈ ਮੂੰਹ ਨਹੀਂ ਲਾਏਗਾ। ਇੱਥੇ ਤੱਕ ਠੀਕ ਸੀ, ਓਏ ਗੁਰੂ ਤੱਕ ਵੱਡਿਆਂ ਤੱਕ ਪਹੁੰਚ ਗਏ, ਵੱਡਿਆਂ ਇੰਨੇ ਫਿੱਟ ਗਏ। ਕਹਿੰਦੇ ਭਾਈ ਹੁਣ ਜਿਹੜਾ ਸਿਫਾਰਿਸ਼ ਉਹਨਾਂ ਦੀ ਲੈ ਕੇ ਆਏਗਾ ਉਹਦਾ ਨਸ਼ਰ ਕੀਤਾ ਜਾਏਗਾ। ਨਸ਼ਰ ਨਸ਼ਰ ਹੁੰਦਾ ਹੈ ਜੀ ਮੂੰਹ ਕਾਲਾ ਕਰਨਾ, ਛਿੱਤਰਾਂ ਦਾ ਹਾਰ ਗਲੇ 'ਚ ਪਾਉਣਾ, ਖੋਤੇ 'ਤੇ ਪੁੱਠਾ ਬਿਠਾਉਣਾ। ਕਹਿੰਦੇ ਆ ਇਹ ਸਜ਼ਾ ਤੇ ਫਿਰ ਪੂਰੇ ਮਹੱਲੇ ਦੇ ਵਿੱਚ, ਪੂਰੇ ਨਗਰ ਦੇ ਵਿੱਚ ਉਹਦਾ ਜਲੂਸ ਕੱਢਿਆ ਜਾਏਗਾ। ਅੱਗੇ ਢੋਲ ਵਜਾ ਕੇ, ਖੋਤੇ 'ਚ ਪੁੱਠਾ ਬਿਠਾ ਕੇ ਉਹਦਾ ਜਲੂਸ ਕੱਢਿਆ ਜਾਏਗਾ। ਹੁਣ ਉਹ ਫਿਟਕੇ ਹੋਏ ਨੇ ਗੁਰੂ ਬਾਬੇ ਦੇ, ਆਖੋ ਸਤਨਾਮ, ਹੁਣ ਉਹ ਫਿਟਕੇ ਹੋਏ। ਸਤਸੰਗ ਇੱਧਰ ਹੁਕਮ ਜਾਰੀ ਹੋ ਗਿਆ, ਉੱਧਰ ਕਲਾ ਵਰਤਣੀ ਸ਼ੁਰੂ ਹੋ ਗਈ। ਮਹਾਰਾਜ ਦੀ ਰਸਨਾ ਤੋਂ ਨਿਕਲਿਆ ਸੀ, ਕਹਿੰਦੇ ਚਲੋ ਸਿੱਖੋ ਫਿੱਟ ਗਏ ਨੇ, ਆਖੋ ਸਤਨਾਮ। ਕੀਰਤਨ ਕਰਕੇ ਬੁਕਤ ਸੀ, ਹੱਥੋਂ ਕੀਰਤਨ ਗਿਆ, ਭੁੱਲ ਗਏ ਉਹ ਸਮਾਂ, ਭੁੱਲ ਗਏ ਜਦੋਂ ਟੁੱਕਰ ਟੁੱਕਰ ਨੂੰ ਮੋਥਾਜ ਸਨ, ਜਦੋਂ ਕਿਤੇ ਨੌਕਰੀ ਨਹੀਂ ਮਿਲਦੀ ਸੀ, ਕਿਤੇ ਕੰਮ ਨਹੀਂ ਮਿਲਦਾ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆ ਕੀਰਤਨ ਦੀ ਦਾਤ, ਕੀਰਤਨ ਕਰਕੇ ਰਿਜਕ ਘਰ ਦਿੱਤਾ। ਜਦੋਂ ਬਲਵੰਡ ਜੀ ਵਲੈਤ ਤੋਂ ਵਾਪਸ ਆਏ ਉਦੋਂ ਕੀ ਦਸ਼ਾ ਸੀ, ਭੁੱਖੇ ਨੰਗੇ, ਤੇ ਜਦੋਂ ਗੁਰੂ ਨਾਨਕ ਦੇ ਘਰ 'ਚ ਆਏ ਤੇ ਮਹਾਰਾਜ ਨੇ ਰਜਾ ਦਿੱਤਾ, ਮਹਾਰਾਜ ਦੀਆਂ ਲਾਡਲੀਆਂ ਸੰਗਤਾਂ ਨੇ ਰਜਾ ਦਿੱਤਾ, ਉਹ ਦਿਹਾੜੇ ਭੁੱਲ ਗਏ। ਬਸ ਆਈ ਤਾਂ ਵੱਡੀ ਕਮੀ ਹੈ ਸਾਡੇ ਵਿੱਚ ਸਤਸੰਗ, ਆਈ ਤਾਂ ਵੱਡੀ ਕਮੀ। ਜਦੋਂ ਲੋੜ ਹੁੰਦੀ ਹੈ ਉਦੋਂ ਰਾਤਾਂ ਨੂੰ ਜਾਗ ਜਾਗ ਕੇ ਬੰਦਗੀ ਕਰਦੇ, ਜਦੋਂ ਲੋੜ ਹੁੰਦੀ ਹੈ ਰਾਤਾਂ ਨੂੰ ਜਾਗ ਜਾਗ ਬੰਦਗੀ ਕਰਦੇ ਹਾਂ, ਕਿੰਨੇ ਕਿੰਨੇ ਘੰਟੇ ਬੰਦਗੀ ਕਰਦੇ ਹਾਂ। ਜਿਸ ਦਿਨ ਲੋੜ ਪੂਰੀ ਹੋ ਗਈ ਨਾਤਾ ਹੀ ਖਤਮ ਕਰ ਲੈਂਦੇ ਹਾਂ, ਆਖੋ ਸਤਨਾਮ, ਨਾਤਾ ਹੀ ਖਤਮ ਕਰ ਲਿਆ। ਮੈਂ ਸੱਚਾਈ ਕਹਿ ਰਿਹਾ, ਜਦੋਂ ਲੋੜ ਹੈ ਅੰਮ੍ਰਿਤ ਵੇਲੇ ਵੀ ਜਾਗਾਂਗੇ, ਭਜਨ ਵੀ ਕਰਾਂਗੇ, ਬੰਦਗੀ ਵੀ ਕਰਾਂਗੇ ਜੀ। ਦੱਸੋ ਕਿੰਨੇ ਘੰਟੇ ਬਾਣੀ ਪੜ੍ਹਨੀ ਹੈ, ਕਿੰਨੇ ਘੰਟੇ ਨੇਮ ਕਰਨਾ, ਦੱਸੋ, ਅਸੀਂ ਕਰਨ ਲਈ ਤਿਆਰ ਹਾਂ। ਤੇ ਜਦੋਂ ਕੰਮ ਮੁਕੰਮਲ ਹੋ ਗਿਆ, ਕੰਮ ਫਤਿਹ ਹੋ ਗਿਆ, ਹੁਣ ਜੇ ਚਾਰ ਘੰਟੇ ਪਹਿਲੇ ਲਾਉਂਦੇ ਸੀ ਤੇ ਕੀ ਉਹ ਚਾਰ ਘੰਟੇ ਹੋਰ ਬਰਕਰਾਰ ਨੇ? ਕੋਈ ਵਿਰਲਾ, ਕੋਈ ਵਿਰਲਾ ਜਿਹੜਾ ਸ਼ੁਕਰਾਨੇ ਦੇ ਵਿੱਚ ਜੁੜਦਾ ਹੈ ਤੇ ਉਹੀ ਨੇਮ ਨੂੰ, ਜਿਸ ਨੇਮ ਦੇ ਕਰਕੇ ਘਰ ਬਰਕਤਾਂ ਪਈਆਂ, ਉਹੀ ਨੇਮ ਨੂੰ ਗਾਂ ਹੁਣ ਤੋਰੀ ਰੱਖਦਾ ਸੱਚੇ ਪਾਤਸ਼ਾਹ। ਜੇ ਇਹ ਬਾਣੀ ਪੜਨ ਕਰਕੇ ਆ ਬਖਸ਼ਿਸ਼ ਹੋਈ, ਇਹ ਕਲਾ ਕਲੇਸ਼ ਦੂਰ ਹੋਏ, ਇਹ ਰੋਗ ਦੂਰ ਹੋਏ, ਜੇ ਬਾਣੀ ਪੜ੍ਹ ਕੇ ਤੁਹਾਡੀ ਕਿਰਪਾ ਹੋਈ ਤੇ ਸੱਚੇ ਪਾਤਸ਼ਾਹ ਹੁਣ ਨਹੀਂ ਲੜ ਛੱਡਣਾ ਇਸ ਬਾਣੀ ਦਾ, ਹੁਣ ਨਹੀਂ ਪੱਲਾ ਛੱਡਣਾ ਅੰਮ੍ਰਿਤ ਵੇਲੇ ਦਾ। ਸੁਣੋ ਬੇਨੰਤਿਆ ਸਵਾਮੀ ਮੇਰੇ ਰਾਮ, ਸੁਣੋ ਬੇਨੰਤਿਆ ਸਵਾਮੀ ਮੇਰੇ ਰਾਮ, ਓਟ ਅਪਰਾਧ ਭਰੇ ਪੀ ਤੇਰੇ ਚਿਹਰੇ,
ਸੰਗਤ ਸੰਗਤ ਮੂੰਹ ਨਹੀਂ ਲਾ ਰਹੀ। ਅੱਗੇ ਸੰਗਤਾਂ ਘਰ ਸੱਦ ਲੈਂਦੀਆਂ ਸਨ, ਸੱਤਾ ਜੀ ਸਾਡੇ ਘਰ ਆਓ ਪ੍ਰਸ਼ਾਦਾ ਛਕ, ਬਲਵੰਡ ਜੀ ਸਾਡੇ ਘਰ ਆਓ ਪ੍ਰਸ਼ਾਦਾ ਛਕ। ਹੁਣ ਮੂੰਹ ਨਹੀਂ ਲਾ ਰਹੀਆਂ ਸੰਗਤ, ਜਦੋਂ ਘਰੇ ਆਉਣਾ ਨਾਲੇ ਪ੍ਰਸ਼ਾਦਾ ਛਕਾਉਣਾ ਨਾਲੇ ਦਾਤਾਂ ਦੇਣੀ। ਸੰਗਤਾਂ ਨੇ ਹਾਜ਼ਰੀ ਲਾਣੀ ਕਿ ਗੁਰੂ ਕੇ ਕੀਰਤਨੀਏ ਨੇ ਜੀ ਗੁਰੂ, ਡਰ ਕੇ ਕਈ ਨਾ ਮਨ ਨਹੀਂ ਵਾਰ ਆਵੇ ਮਨ ਨਹੀਂ ਵਾਰ ਆਵੇ। ਜਦੋਂ ਸੰਗਤਾਂ ਮਾਣ ਦਿੰਦੀਆਂ ਉਹ ਮਾਣ ਨੂੰ ਚਰਨਾ ਗੁਰੂ ਨਾਨਕ ਦੀ ਮਿਹਰ ਹੋਵੇ, ਸੱਸ ਸੱਚਾਈ ਗੁਰੂ ਨਾਨਕ ਦੀ ਮਿਹਰ ਹੋਵੇ ਤੇ ਇਹ ਮਾਣ ਜਰਿਆ ਜਾ ਸਕਦਾ, ਨਹੀਂ ਤਾਂ ਬੰਦਾ ਭੁੰਤਰ ਜਾਂਦਾ ਭੁੰਤਰ ਜਾਂਦਾ। ਸ਼ੁੱਧ ਹੋਵੇ ਨਹੀਂ ਤਾਂ ਸੂਖਸ਼ਮ ਹੋਵੇ ਜ਼ਰੂਰ ਆ ਜਾਂਦੀ ਹੈ। ਐਡਾ ਸਤਿਕਾਰ ਹੈ ਮੇਰਾ, ਇੰਨਾ ਸੰਗਤਾਂ ਪੂਜਦੀਆਂ ਇੰਨਾ ਮੰਨਦੀਆਂ ਹੈਂਜੀ ਇੰਨੇ ਪਦਾਰਥ। ਬਾਬਾ ਨਾਨਕ ਸਿੰਘ ਜੀ ਕਹਿੰਦੇ ਸਨ ਉਹਨੇ ਭਾਵਨਾ ਕਰਕੇ ਭੇਟਾ ਦਿੱਤੀ, ਉਹਨੇ ਆਪਣੀ ਹਾਜ਼ਰੀ ਲਾਈ, ਪਰ ਧਿਆਨ ਰੱਖੀ ਉਹ ਭਾਰ ਹੈ ਤੇਰੇ ਤੇ ਆਖੋ ਸਤਨਾਮ, ਉਹ ਭਾਰ ਹੈ ਸਾਡੇ ਕੀਰਤਨੀਆਂ ਨੂੰ ਇਹ ਗੱਲ ਕਹਿੰਦੇ ਸਨ ਬਾਬਾ ਨਾਨਕ ਸਿੰਘ, ਉਹ ਭਾਰ ਹੈ ਤੇਰੇ ਤੇ। ਜੇ ਭਾਰ ਲਾਣਾ ਤੇ ਬਸਤਰ ਦਾ ਇੰਨਾ ਪਾਠ, ਪ੍ਰਸ਼ਾਦੇ ਦਾ ਇੰਨੇ ਪਾਠ, ਆ ਫਲਾਣੀ ਦਾਤ ਦੇ ਇੰਨੇ ਪਾਠ, ਏਦਾਂ ਸਾਧ ਸੰਗਤ ਹਦਾਇਤ ਨਹੀਂ ਸਾਨੂੰ ਵੀ ਆਣ ਦੇ ਨਾ ਬਈ ਪਤਾ ਨਹੀਂ ਕਿਹੜਾ ਕਿਸ ਭਾਵਨਾ ਦੇ ਨਾਲ ਦੇ ਰਹੇ। ਹੁਣ ਕਿਸੇ ਨੇ ਮੰਨ ਲਓ ਦਾਨ ਦਿੱਤਾ, ਫਰਜ਼ ਕਰ ਲਓ ਕਿਸੇ ਨੇ ਦਾਨ ਦਿੱਤਾ ਕਿ ਮੇਰੇ ਘਰੋਂ ਬਿਮਾਰੀ ਨਿਕਲੇ, ਧਿਆਨ ਦੇਣਾ। ਹੁਣ ਉਹ ਦਾਤ ਲੈ ਕੇ ਅਸੀਂ ਘਰ ਆ ਗਏ, ਦੇਖੋ ਕਿੱਡੀ ਪਿਆਰੀ ਸਾਧ ਸੰਗਤ ਸਿੱਖਿਆ ਹੈ, ਕਿੱਡੀ ਪਿਆਰੀ ਸੋਚ ਬਾਬਾ ਨਾਨਕ ਸਿੰਘ। ਕਹਿੰਦੇ ਹੁਣ ਉਹਨੇ ਕਿਹੜੀ ਸੋਚ ਨਾਲ ਦਿੱਤਾ, ਭਾਈ ਜੇ ਉਹ ਦਾਤ ਵਰਤਣੀ ਹੈ ਤੇ ਪਹਿਲੇ ਉਹਨਾਂ ਨੇਮ ਕਾਰੋ ਦੇ ਲਈ, ਉਹਨਾਂ ਨੇਮ ਕਾਰੋ ਦੇ ਲਈ ਤਾਂ ਉਹ ਦਾਤ ਵਰਤ। ਆਖੋ ਸਤਨਾਮ। ਇਹ ਸੱਤਾ ਜੀ ਨੂੰ ਬਲਵੰਡ ਜੀ ਨੂੰ ਸੰਗਤਾਂ ਨੇ ਬਹੁਤ ਮਾਣ ਦੇਣਾ ਜੀ ਪਹਿਲੇ, ਹੁਣ ਉਹ ਸਾਰਾ ਮਾਣ ਖਤਮ, ਨਾ ਕੋਈ ਪ੍ਰਸ਼ਾਦੇ ਲਈ ਬੁਲਾਉਂਦਾ ਹੈ, ਨਾ ਕੋਈ ਸਤਿਕਾਰ ਕਰਦਾ ਹੈ, ਨਾ ਕੋਈ ਮੂੰਹ ਲਾਉਂਦਾ। ਜੇ ਕਿਤੋਂ ਲੰਘਦੇ ਨੇ ਤੇ ਸੰਗਤ ਮੁੱਖ ਫੇਰ ਲੈਂਦੀ ਹੈ, ਮੁੱਖ ਫੇਰ ਲੈਂਦੀ। ਔਰ ਕੁਦਰਤ ਦੀ ਨੇਤ ਸੱਸ ਜੋ ਜ਼ਿਕਰ ਦੇ ਵਿੱਚ ਲਿਖਿਆ, ਜਿਹੜੇ ਕਈ ਰਾਈਟਰਾਂ ਨੇ ਸੱਸ ਸਭ ਦੀ ਰਾਏ ਇੱਕ ਮਤ, ਉਹ ਕਹਿੰਦੇ ਨੇ ਸਰੀਰ ਵੀ ਹੁਣ ਫਟਣਾ ਸ਼ੁਰੂ ਹੋ ਗਿਆ, ਹੁਣ ਸਰੀਰ ਵੀ ਕਿਤੋਂ ਕਿਤੋਂ ਫਟਣਾ ਸ਼ੁਰੂ ਹੋ ਗਿਆ, ਚਿਹਰਾ ਵੀ ਫਟਣਾ ਸ਼ੁਰੂ ਹੋ ਗਿਆ। ਮਹਾਰਾਜ ਨੇ ਕਿਹਾ ਸੀ ਚਲੋ ਸਿੱਖੋ ਫਿੱਟ ਗਏ ਨੇ, ਬਸ ਹੁਣ ਫਿੱਟਣੇ ਸ਼ੁਰੂ ਹੋ ਗਏ। ਅੰਦਰੋਂ ਤਾਂ ਫਿੱਟੇ ਹੀ ਸਨ, ਹੁਣ ਅੰਦਰੋਂ ਬਾਹਰੋਂ ਵੀ ਫਿੱਟਣੇ ਸ਼ੁਰੂ ਹੋ ਗਏ। ਹੁਣ ਚਿਹਰਾ ਵੀ ਬਦਸੂਰਤ ਹੁੰਦਾ ਜਾ ਰਿਹਾ, ਸਰੀਰ ਵੀ ਫਿੱਟਦਾ ਜਾ ਰਿਹਾ, ਜਿਹਨੂੰ ਕਹਿ ਲਓ ਕੋੜ। ਕਈ ਦਿਨ ਹੋ ਗਏ ਕੀਰਤਨ ਨਹੀਂ ਕੀਤਾ, ਕਈ ਦਿਨ ਹੋ ਗਏ ਬਾਣੀ ਨਹੀਂ ਪੜੀ, ਹੁਣ ਕੋਈ ਕੀਰਤਨ ਕਰਵਾਉਂਦਾ ਹੀ ਨਹੀਂ, ਗੁਰੂ ਦਰਬਾਰ ਤੋਂ ਧੱਕੇ ਗਏ, ਹੁਣ ਕਿੱਥੇ ਕਿਤੇ ਢੋਈ ਹੈ। ਹੁਣ ਕੀਰਤਨ ਤੋਂ ਦੂਰ, ਸ਼ਬਦ ਤੋਂ ਦੂਰ, ਬਾਣੀ ਤੋਂ ਦੂਰ, ਤੇ ਮਹਾਰਾਜ ਨੇ ਕਿਹਾ ਨੀ ਜੇ ਤਨ ਬਾਣੀ ਵਿਸਰ ਜਾਏ ਜੋ
ਪੱਕਾ ਰੋਗੀ ਮਿਲਾਏ, ਪੱਕਾ ਰੋਗੀ ਹੁੰਦਾ ਕੋੜੀ। ਹੁਣ ਸਮਝ ਲੱਗੀ, ਹੁਣ ਜਿਹੜੀ ਚੜੀ ਹੋਈ ਹੋਮੇ ਸੀ ਥੱਲੇ ਆਈ, ਹੁਣ ਜਦੋਂ ਥੱਲੇ ਆਈ ਨਾ ਹੁਣ ਪਤਾ ਲੱਗਿਆ ਓਏ ਗੁਰੂ ਕਰਕੇ ਅਸੀਂ ਸੀ, ਸਾਡੇ ਕਰਕੇ ਗੁਰੂ ਨਹੀਂ। ਭੁਲੇਖੇ ਪਏ ਸਨ ਸੱਤਾ ਜੀ ਕਹਿੰਦੇ ਬਲਵੰਡ ਜੀ ਨੂੰ, ਕਹਿੰਦੇ ਬਲਵੰਡ ਜੀ ਭੁਲੇਖੇ ਸਨ ਸਾਡੇ, ਗਲਤ ਸੋਚ ਸੀ ਸਾਡੀ ਕਿ ਅਸੀਂ ਕੀਰਤਨ ਕਰਦੇ ਹਾਂ ਤੇ ਰੌਣਕ ਲੱਗਦੀ। ਕਹਿੰਦੇ ਮਹਾਰਾਜ ਦੇ ਦਰਬਾਰ 'ਚ ਤਾਂ ਅੱਜ ਵੀ ਰੌਣਕਾਂ ਲੱਗੀਆਂ ਹੋਈਆਂ, ਅੱਜ ਵੀ ਕੀਰਤਨ ਚੱਲ ਰਿਹਾ, ਅੱਜ ਵੀ ਆਨੰਦ ਹੈ, ਅੰਮ੍ਰਿਤ ਵਰਸਦੇ ਪਏ ਨੇ। ਅੱਜ ਔਕਾਤ ਪਤਾ ਲੱਗੀ ਤੇ ਹੁਣ ਸਾਧ ਸੰਗਤ ਮਨ ਨੀਵਾਂ ਹੋਇਆ, ਹੁਣ ਮਨ ਨੀਵਾਂ ਹੋਇਆ ਤੇ ਕੀ ਕਹਿੰਦੇ ਨੇ, ਸੁਣੋ ਬੇਨੰਤਿਆ ਸੁਆਮੀ ਮੇਰੇ ਰਾਮ, ਸੁਣੋ ਬੇਨੰਤਿਆ ਸੁਆਮੀ ਮੇਰੇ ਰਾਮ, ਕੋਟ ਅਪਰਾਧ ਪੇ ਕਰਦੇ। ਹੁਣ ਦਿਨ ਵੀ ਅਰਦਾਸਾਂ ਦੇ ਚ ਲੰਘਦੀ ਹੈ ਤੇ ਰਾਤ ਵੀ ਅਰਦਾਸਾਂ, ਹੁਣ ਅੰਮ੍ਰਿਤ ਵੇਲੇ ਉੱਠ ਉੱਠ ਕੇ ਅਰਦਾਸਾਂ ਵੇ ਕਰਦੇ। ਮੈਂ ਹੋਰ ਥਾਂ ਨਾਈ ਜਿਸ ਮੈਂ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ। ਮੈਂ ਹੋਰ ਥਾਂ ਨਾਈ ਜਿਸ ਮੈਂ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕੀ ਬੇਨੰਤੀਆ ਨਾਨਕੀ ਬੇਨੰਤੀਆ ਕਰਮਾ ਵਾਲਿਓ ਹੱਥ ਬਣ ਬੇਨਤੀ ਹੈ ਹੱਥ ਬਣ ਬੇਨਤੀ ਉਹ ਤਨ ਤੋਂ ਕੋੜੀ ਹੋਏ ਅਸੀਂ ਆਪਣੇ ਅੰਦਰ ਝਾਤ ਮਾਰ ਲਈ ਅਸੀਂ ਮਨ ਤੋਂ ਕੋੜੀ ਹਾਂ ਆਖੋ ਸਤਨਾਮ ਮਨ ਤੋਂ ਕੋੜੀ ਕਿਹੜਾ ਔਗੁਣ ਕਿਹੜਾ ਔਗੁਣ ਜਿਹੜਾ ਮੇਰੇ ਵਿੱਚ ਨਹੀਂ ਮਾਰੋ ਝਾਤ ਕਿਹੜਾ ਔਗੁਣ ਕਾਮ ਦੇ ਨਾਲ ਅਸੀਂ ਗਰਸੇ ਹੋਏ ਹਾਂ ਕ੍ਰੋਧ ਦੇ ਨਾਲ ਅਸੀਂ ਗਰਸੇ ਹੋਏ ਹਾਂ ਨਿੰਦਿਆ ਦੇ ਨਾਲ ਅਸੀਂ ਗਰਸੇ ਹੋਏ ਹੋਮੇ ਦੇ ਨਾਲ ਅਸੀਂ ਗਰਸੇ ਈਰਖਾ ਸਾਡੇ ਵਿੱਚ ਪਲਪਦੀ ਪਈ ਦਵੈਤ ਭਾਵਨਾ ਸਾਡੇ ਵਿੱਚ ਪਲਪਦੀ ਪਈ ਅੰਦਰੋਂ ਕੋੜ ਮਚਿਆ ਹੋਇਆ ਕੋੜ ਪਰ ਕਦੇ ਖਿਆਲ ਨਹੀਂ ਆਇਆ ਕਦੇ ਖਿਆਲ ਨਹੀਂ ਆਇਆ ਕਿ ਭੁੱਲਾਂ ਬਖਸ਼ਾ ਲਵਾਂ ਕੋ ਸਤਨਾਮ ਵਾਹਿਗੁਰੂ ਕਦੇ ਖਿਆਲ ਨਹੀਂ ਆਇਆ ਅੱਜ ਸੱਤਾ ਬਲਵੰਡ ਜੀ ਆਪਣੀਆਂ ਬੇਨਤੀਆਂ ਲਾ ਰਹੇ ਨੇ ਓਏ ਉਹਨਾਂ ਦੇ ਨਾਲ ਰਲਦੇ ਰਲਦੇ ਅਸੀਂ ਵੀ ਆਪਣੀ ਬੇਨਤੀਆਂ ਲਾ ਲਈਏ ਲਾਓਗੇ ਜੀ ਨਾਨਕੀ ਬੇਨੰਤੀਆ ਨਾਨਕੀ ਬੇਨੰਤੀਆ ਥਾਵੇਂ ਥਾਉ ਮਿਲਨ ਥਾਵੇਂ ਥਾਉ ਮਿਲਨ ਥਾਵੇਂ ਥਾਉ ਮਿਲਨ ਥਾਵੇਂ ਥਾਉ ਨਾਨਕੀ ਬੇਨੰਤੀਆ ਨਾਨਕੀ ਬੇਨੰਤੀਆ ਨਾਨਕੀ ਬੇਨੰਤੀਆ ਸਾਧ ਸੰਗਤ ਸੋਚਦੇ ਨੇ ਕਿਹਨੂੰ ਵਿੱਚ ਪਾਈ ਕਿਹਨੂੰ ਵਿੱਚ ਪਾਈ ਧਿਆਨ ਗਿਆ ਭਾਈ ਲੱਦਾ ਜੀ ਵੱਲ ਬੜੇ ਵੱਡੇ ਪਰਉਪਕਾਰੀ ਬੜੇ ਵੱਡੇ ਔਰ ਜਦੋਂ ਅਸੀਂ ਕੀਰਤਨ ਕਰਿਆ ਕਰਦੇ ਸਨ ਇਹ ਸੋਚ ਰਹੇ ਨੇ ਕਹਿੰਦੇ ਜਦੋਂ ਅਸੀਂ ਕੀਰਤਨ ਕਰਿਆ ਕਰਦੇ ਸਨ ਤੇ ਜਦੋਂ ਭਾਈ ਲੱਦਾ ਜੀ ਆਉਂਦੇ ਸਨ ਸਤਿਗੁਰ ਬਹੁਤ ਸਤਿਕਾਰ ਕਰਦੇ ਸਨ ਸਤਿਗੁਰ ਜੀ ਬਹੁਤ ਮੰਨਦੇ ਨੇ ਬੜਾ ਸਤਿਕਾਰ ਕਰਦੇ ਨੇ ਲੱਦਾ ਜੀ ਦਾ ਲੱਦਾ ਜੀ ਦੀ ਗੱਲ ਨਹੀਂ ਟਾਲਣੀ
ਤੁਰ ਪਏ ਸਾਧ ਸੰਗਤ ਲਾਹੌਰ ਲੱਦਾ ਜੀ ਦੇ ਘਰ। ਬੂਹਾ ਖੜਕਾਇਆ, ਜਦੋਂ ਬੂਹਾ ਖੜਕਾਇਆ ਤੇ ਲੱਦਾ ਜੀ ਦੀ ਘਰਵਾਲੀ ਅੰਦਰੋਂ ਕਹਿਣ ਲੱਗੀ ਕੌਣ ਹੈ, ਬਾਹਰੋਂ ਕਹਿਣ ਲੱਗੇ ਗੁਰੂ ਜੀ ਦੇ ਫਿਟਕਾਰੇ ਹੋਏ ਆਏ ਹਾਂ, ਸੱਤਾ ਤੇ ਬਲਵੰਡ। ਜਦੋਂ ਇੰਨੀ ਗੱਲ ਸੁਣੀ ਭਾਈ ਲੱਦਾ ਜੀ, ਲੱਦਾ ਜੀ ਕਹਿਣ ਲੱਗੇ ਜੀ ਕਿਉਂ ਆਏ ਹੋ, ਲੱਦਾ ਜੀ ਇੱਕ ਵਾਰੀ ਬੂਹਾ ਤਾਂ ਖੋਲੋ। ਕਹਿੰਦੇ ਭਾਈ ਗੁਰੂ ਦੇ ਫਿਟਕਾਰਿਆਂ ਦਾ ਇੱਥੇ ਕੋਈ ਕੰਮ ਨਹੀਂ, ਜਿਹਨੂੰ ਗੁਰੂ ਨੇ ਫਿਟਕਾਰ ਦਿੱਤਾ ਹੋਵੇ, ਗੁਰੂ ਨੇ ਕਹਿ ਦਿੱਤਾ ਹੋਵੇ ਕੋਈ ਮੂੰਹ ਨਾ ਲਾਵੇ। ਕਹਿੰਦੇ ਭਾਈ ਗੁਰੂ ਅਵੱਗਿਆ ਨਹੀਂ ਕਰਨੀ ਅਸੀਂ, ਗੁਰੂ ਹੁਕਮ ਦੀ ਅਵੱਗਿਆ ਨਹੀਂ ਕਰਨੀ। ਕਹਿੰਦੇ ਨਾ ਕਰਿਓ, ਵਿਚਕਾਰ ਪੜਦਾ ਰੱਖ ਲਿਓ, ਇੱਕ ਵਾਰੀ ਵੇਖੋ ਤਾਂ ਸਹੀ ਸਾਡੀ ਹਾਲਤ ਕੀ ਬਣੀ, ਇੱਕ ਵਾਰੀ ਹਾਲਤ ਤਾਂ ਵੇਖ। ਇਤਿਹਾਸ ਲਿਖਦਾ ਸਾਧ ਸੰਗਤ ਵਿੱਚ ਕੀਤਾ ਪੜਦਾ, ਬੂਹਾ ਖੋਲਿਆ ਪੜਦਾ, ਤੇ ਪੜਦੇ ਦੇ ਪਾਰ ਉਹ ਖੜੇ ਨੇ ਤੇ ਇੱਧਰ ਲੱਦਾ ਜੀ ਖੜੇ। ਕੀ ਕਹਿੰਦੇ? ਕਹਿੰਦੇ ਚਰਨਾਂ ਤੇ ਤੁਹਾਡੇ ਬੇਨਤੀ ਕਰਨ ਲੱਗੇ, ਕਹਿੰਦੇ ਸਾਡੀਆਂ ਪੁਸ਼ਤਾਂ ਤੁਹਾਡੀ ਅਸਾਨ ਮੰਦ ਰਹਿਣਗੀ। ਲੱਦਾ ਜੀ ਸਾਡੀਆਂ ਪੁਸ਼ਤਾਂ ਤੁਹਾਡਾ ਅਸਾਨ ਮੰਦੀਆਂ ਰਹਿਣਗੀਆਂ, ਇੱਕ ਵਾਰੀ ਮਾਫੀ ਦਵਾ ਦਿਓ। ਨਹੀਂ ਕੀਰਤਨ ਦੀ ਸੇਵਾ ਗੁਰੂ ਨਾਨਕ ਨੇ ਦੇਣੀ ਕੋਈ ਗੱਲ, ਓਏ ਉਹਨਾਂ ਦੇ ਕੂਕਰਾਂ ਵਿੱਚ ਹੀ ਥਾਂ ਸਾਨੂੰ ਦਵਾ ਦਿਓ। ਆਖੋ ਸਤਨਾਮ ਵਾਹਿਗੁਰੂ, ਉਹਨਾਂ ਦੇ ਕੂਕਰਾਂ 'ਚ ਹੀ ਬਹਿ ਜਾਵਾਂਗੇ। ਇੱਕ ਵਾਰੀ ਭੁੱਲਾਂ ਬਖਸ਼ਾ ਦਿਓ ਸਰ, ਬਸ ਬਸ ਇੱਕ ਵਾਰੀ ਉਹਨਾਂ ਦੇ ਚਰਨਾਂ 'ਚ ਬੈਠਣ ਦਾ ਸੁਭਾਗ ਸਮਾਂ ਫਿਰ ਦੁਬਾਰਾ। ਭਾਈ ਲੱਦਾ ਜੀ ਹੁਣ ਜਿਹੜੇ ਪਰਉਪਕਾਰੀ ਹੁੰਦੇ ਨੇ, ਮੋਮ ਦਿਲ ਹੁੰਦੇ, ਪਿਘਲ ਗਿਆ ਮਨ, ਜਦੋਂ ਬਹੁਤ ਬੇਨਤੀਆਂ ਲਾਈਆਂ ਹੁਣ ਮਨ ਪਿਘਲ ਗਿਆ। ਕਹਿੰਦੇ ਅੱਛਾ ਠੀਕ ਆ ਭਾਈ, ਫਿਰ ਗੁਰੂ ਅਵੱਗਿਆ ਨਹੀਂ ਕਰਨੀ, ਗੁਰੂ ਅਵੱਗਿਆ ਨਹੀਂ ਕਰਨੀ, ਪਹਿਲੇ ਸਭ ਤੋਂ ਪਹਿਲੇ ਮੈਨੂੰ ਉਹ ਡੰਡ ਭੁਗਤ ਲੈਣ ਦਿਓ ਜਿਹੜੇ ਡੰਡ ਗੁਰੂ ਨੇ ਕਹੇ। ਆਪ ਸਾਧ ਸੰਗਤ ਆਪਣਾ ਮੂੰਹ ਕਾਲਾ ਕੀਤਾ, ਛਿੱਤਰਾਂ ਦਾ ਹਾਰ ਗਲੇ 'ਚ ਪਾਇਆ, ਖੋਤਾ ਮੰਗਵਾ ਲਿਆ ਤੇ ਅੱਗੇ ਢੋਲ ਮੰਗਵਾ ਲਿਆ। ਧਿਆਨ ਦੇਣਾ, ਖੋਤੇ ਦੇ ਉੱਪਰ ਪੁੱਠੇ ਬਹਿ ਗਏ ਤੇ ਹੁਣ ਲੱਦਾ ਜੀ ਸੱਤਾ ਜੀ ਬਲਵੰਡ ਜੀ ਨੂੰ ਕਹਿਣ ਲੱਗੇ, ਕਹਿੰਦੇ ਆਓ ਪਿਆਰਿਓ ਚਲੋ ਮੇਰੇ ਨਾਲ। ਆਖੋ ਸਤਨਾਮ ਵਾਹਿਗੁਰੂ। ਗੁਰੂ ਨੇ ਕਿਹਾ ਸੀ ਨਸ਼ਰ ਕੀਤਾ ਜਾਏ, ਕਹਿੰਦੇ ਹੁਣ ਪਹਿਲੇ ਨਸ਼ਰ ਕਰਾ ਕੇ ਹੀ ਮੈਂ ਗੁਰੂ ਚਰਨਾਂ 'ਚ ਜਾਵਾਂਗਾ, ਬਈ ਗੁਰੂ ਹੁਕਮ ਦੀ ਉਲੰਘਣਾ ਨਾ ਹੋ। ਸਤਸੰਗ ਭਾਈ ਸਦਕੇ ਜਾਈਏ ਐਸੇ ਪਰਉਪਕਾਰੀ ਗੁਰਮੁਖ ਪਿਆਰਿਆਂ। ਹੁਣ ਸਤਸੰਗ ਜਦੋਂ ਢੋਲ ਵੱਜਦਾ, ਪੂਰੇ ਨਗਰ ਪਿੰਡ ਪਿੰਡ ਤੋਂ ਹੁੰਦੇ ਹੋਏ ਜਾ ਰਹੇ, ਕਈ ਮਸ਼ਕਰੇ ਮਜ਼ਾਕ ਉਡਾ ਰਹੇ ਤੇ ਕਈਆਂ ਦੇ ਅੱਖਾਂ 'ਚ ਹੰਝੂ ਸੀ, ਔਰ ਪਤਾ ਕੀ ਕਹਿ ਰਹੇ ਸਨ? ਧੰਨ ਸਿੱਖੀ, ਧੰਨ ਭਾਈ ਲੱਦਾ ਜੀ, ਧੰਨ ਭਾਈ ਲੱਦਾ। ਭਈ ਇਹਨਾਂ ਨੂੰ ਬਖਸ਼ਾਣ ਖਾਤਰ ਇੰਨੀ ਮਾੜੀ ਸਜ਼ਾ ਭੁਗਤ ਰਹੇ, ਕਈ ਮਸ਼ਕਰੇ ਮਜ਼ਾਕਿਆਂ ਕਰ ਰਹੇ ਨੇ ਤੇ ਕਈਆਂ ਦੇ ਅੱਖਾਂ 'ਚ ਹੰਝੂ ਤੇ ਕਹਿ ਰਹੇ ਨੇ ਧੰਨ ਭਾਈ ਲੱਦਾ ਜੀ, ਧੰਨ ਭਾਈ ਲੱਦਾ। ਕਹਿੰਦੇ ਚਲੋ ਭਾਈ ਚਲੋ,
ਤੇ ਨਾਲ ਨਾਲ ਕਹਿੰਦੇ ਆ ਬਖਸ਼ਾਉਣ ਦੀਆਂ ਪੰਕਤੀਆਂ ਪੜੀ ਚੱਲੋ। ਕੀ ਕਹਿੰਦੇ? ਸੁਣੋ ਬੇਨੰਤੀਆ ਸੁਆਮੀ ਜਲਦੀ ਆ ਜਾ ਰਹੀ ਕੋਟ ਅਪਰਾਧ ਭਰੇ। ਠੀਕ ਹੈ ਕਰੋੜਾਂ ਅਪਰਾਧ ਨੇ ਸਾਡੇ ਵਿੱਚ, ਪਰ ਹੈ ਤਾਂ ਤੇਰੇ ਆ ਨਾ ਭੀ ਤੇਰੇ ਚਿਹਰੇ, ਫਿਰ ਵੀ ਤੇਰੇ ਆ। ਦੁੱਖ ਹਰਨ ਕਿਰਪਾ ਕਰਨ ਮੋਹਨ, ਕੱਲ ਕਲੇਸ਼ ਹੈ ਹੇ ਮੋਹਨ, ਹੇ ਮੇਰੇ ਵਾਹਿਗੁਰੂ, ਹੇ ਮੇਰੇ ਸਤਿਗੁਰ ਜੀ, ਕਿਰਪਾ ਕਰਨ ਮੋਹਨ, ਕਿਰਪਾ ਦੇ ਘਰ ਚ ਆਓ, ਕੱਲ ਕਲੇਸ਼ ਹੈ ਭੰਜਨਾ। ਆ ਜਿਹੜੇ ਦੁੱਖ ਚਿਮੜੇ ਨੇ ਕਿਰਪਾ ਕਰ। ਹੁਣ ਸਾਸੰਗ ਨਗਰ ਨਗਰ ਪਿੰਡ ਪਿੰਡ ਗ੍ਰਾਮ ਗ੍ਰਾਮ ਫਿਰਦੇ ਫਿਰਦੇ ਆਪਣਾ ਜਲੂਸ ਕਢਵਾਉਂਦੇ ਹੋਏ ਪਹੁੰਚ ਗਏ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰ ਤੇ। ਹੁਣ ਢੋਲ ਵੱਜਦੇ ਪਏ ਨੇ ਮਹਾਰਾਜ ਅੰਦਰ ਦਰਬਾਰ ਚ। ਮਹਾਰਾਜ ਨੇ ਸਿੱਖਾਂ ਨੂੰ ਪੁੱਛਿਆ, ਬਈ ਢੋਲ ਵੱਜਦੇ ਨੇ ਕੌਣ ਆਇਆ? ਸਿੱਖ ਦੌੜਦਾ ਬਾਹਰੋਂ ਆਇਆ, ਕਹਿੰਦੇ ਸੱਚੇ ਪਾਤਸ਼ਾਹ ਭਾਈ ਲੱਦਾ ਜੀ ਆਏ। ਇਹ ਢੋਲ ਉਹ ਵਜਵਾ ਰਹੇ ਨੇ ਜੀ ਮਾਂ, ਬਈ ਅੱਗੇ ਵੀ ਆਇਆ ਕਰਦੇ ਨੇ, ਅੱਜ ਢੋਲ ਵਜਵਾ ਰਹੇ ਨੇ, ਕੋਈ ਖੁਸ਼ੀ ਹੈ? ਮਹਾਰਾਜ ਅੱਖਾਂ ਨੀਵੀਆਂ ਹੋ ਗਈਆਂ ਸਿੱਖ ਦੀਆਂ, ਕਹਿੰਦੇ ਸੱਚੇ ਪਾਤਸ਼ਾਹ ਮੂੰਹ ਕਾਲਾ ਕੀਤਾ ਹੋਇਆ, ਛਿੱਤਰਾਂ ਦਾ ਹਾਰ ਪਾਇਆ ਹੋਇਆ, ਖੋਤੇ ਤੇ ਪੁੱਠੇ ਬੈਠੇ ਹੋਏ ਨੇ, ਜਿਹੜੀ ਨਸ਼ਰ ਦੀ ਸਜ਼ਾ ਹੁੰਦੀ ਹੈ ਉਹ ਭੁਗਤਦੇ ਹੋਏ ਇੱਥੇ ਪਹੁੰਚ। ਮਹਾਰਾਜ ਆਸਣ ਤੋਂ ਖੜੇ ਹੋ ਗਏ। ਮਹਾਰਾਜ ਸਿੱਖ ਦੇ ਨਾਲ ਬਹੁਤ ਪਿਆਰ ਕਰਦੇ, ਕਾਲੀ ਕਾਲੀ ਚ ਸਾਸੰਗਤ ਕਾਲੀ ਕਾਲੀ ਚ ਦਰਬਾਰ ਦੇ ਵਿੱਚੋਂ ਨਿਕਲ ਤੇ ਜਾ ਕੇ ਖੜੇ ਹੋਏ ਸਾਹਮਣੇ ਵੇਖਿਆ ਤੇ ਕੀ ਵੇਖਦੇ ਨੇ? ਭਾਈ ਲੱਦਾ ਜੀ ਖੋਤੇ 'ਚ ਬੈਠੇ ਨੇ, ਮੂੰਹ ਕਾਲਾ ਹੈ। ਮਹਾਰਾਜ ਦੇ ਇਹ ਜੋ ਜ਼ਿਕਰ 'ਚ ਲਿਖਿਆ, ਰਾਈਟਰ ਲਿਖਦੇ, ਮਹਾਰਾਜ ਦੇ ਨੇਤਰ ਭਿੱਜ ਗਏ। ਮਹਾਰਾਜ ਦੇ ਨੇਤਰ ਕਹਿੰਦੇ, ਲੱਦਾ ਜੀ ਇਹ ਕੀ? ਬੜੇ ਪਿਆਰੇ ਸਨ ਭਾਈ ਲੱਦਾ ਜੀ ਗੁਰੂ ਅਰਜਨ ਦੇਵ ਮਹਾਰਾਜ। ਮਹਾਰਾਜ ਦੇ ਨੇਤਰ ਭਿੱਜ ਗਏ, ਲੱਦਾ ਜੀ ਇਹ ਕੀ? ਕਹਿੰਦੇ, ਸੱਚੇ ਪਾਤਸ਼ਾਹ ਤੁਹਾਡੇ ਫਿਟਕੇ ਹੋਇਆਂ ਦਾ ਵਕੀਲ ਬਣ ਕੇ ਆਇਆ ਵਾ। ਆਖੋ ਸਤਨਾਮ ਵਾਹਿਗੁਰੂ। ਤੁਹਾਡੇ ਫਿਟਕੇ ਹੋਇਆਂ ਦਾ ਵਕੀਲ ਬਣ ਕੇ ਆਇਆ। ਗਰੀਬ ਨਿਵਾਜ, ਇਹਨਾਂ ਦੇ ਉਹ ਗੁਣ ਨਾ ਦੇਖੋ, ਆਪਣੇ ਬਿਰਧ ਬਾਣੇ ਦੀ ਲਾਜ ਰੱਖੋ। ਆਖੋ ਸਤਨਾਮ ਵਾਹਿਗੁਰੂ। ਇਹਨਾਂ ਦੇ ਉਹ ਗੁਣ ਨਾ ਵੇਖੋ, ਬੇਸ਼ਕ ਕੋਟ ਅਪਰਾਧ ਭਰੇ,
ਬੇਸ਼ੱਕ ਕਰੋੜਾਂ ਅਪਰਾਧ ਭਰੇ ਹੋਏ ਨੇ ਇਹਨਾਂ ਵਿੱਚ, ਠੀਕ ਹੈ ਇਹਨਾਂ ਦਾ ਅਪਰਾਧ ਮਾਫੀ ਜੋਗਾ ਨਹੀਂ, ਪਰ ਗਰੀਬ ਨਿਵਾਜ ਇਹ ਵੀ ਤਾਂ ਤੁਹਾਡੇ ਘਰ ਦਾ ਬਿਰਧ ਹੈ ਨਾ, ਜੋ ਸ਼ਰਨ ਆਵੇ ਤਿਸ ਕੰਟ ਲਾਵੇ। ਇਹ ਬਿਰਧ ਸਵਾਮੀ ਇਹ ਵੀ ਤਾਂ ਤੁਹਾਡੇ ਘਰ ਦਾ ਹੀ ਬਿਰਧ ਹੈ ਨਾ, ਕਿ ਗਰੀਬ ਨਿਵਾਜ ਜੋ ਚਰਨਾਂ ਦੇ ਵਿੱਚ ਤੁਹਾਡੇ ਆ ਗਿਆ, ਵੱਡੇ ਤੋਂ ਵੱਡਾ ਪਾਪੀ ਹੋ ਗਿਆ, ਵੱਡੇ ਤੋਂ ਵੱਡਾ ਪਾਪੀ ਇਹ ਗਰੀਬ ਨਿਵਾਜ ਤੁਸੀਂ ਬਖਸ਼ ਦਿੰਦੇ ਹੋ। ਕੋਟ ਅਪਰਾਧ ਭਰੇ ਵੀ ਤੇਰੇ ਚਿਹਰੇ ਰਾਮ, ਕੋਟ ਅਪਰਾਧ ਸੀ, ਜਿਹੜਾ ਇਹਨਾਂ ਦੀ ਵਕਾਲਤ ਕਰੇਗਾ ਨਸ਼ਰ ਕੀਤਾ ਜਾਏ, ਆਪਣਾ ਜਲੂਸ ਕਢਵਾ ਕੇ ਤੁਹਾਡੇ ਵਚਨਾਂ ਤੇ ਪਹਿਰਾ ਦਿੱਤਾ, ਬਸ ਆਹ ਚਰਨਾਂ 'ਚ ਬੇਨਤੀ ਹੈ ਬਖਸ਼ ਦੇ। ਮਹਾਰਾਜ ਨੇ ਖੋਤੇ ਤੋਂ ਉਤਾਰਿਆ, ਬਾਬਾ ਬੁੱਢਾ ਜੀ ਨੂੰ ਆਵਾਜ਼ ਮਾਰੀ, ਬਾਬਾ ਬੁੱਢਾ ਜੀ ਚੱਲ ਲਿਆਓ, ਜਲਦੀ ਲਿਆਓ, ਆਪਣੇ ਬੁੱਕ 'ਚ ਜਲ ਪਾਇਆ ਮਹਾਰਾਜ ਨੇ, ਤੇ ਆਪ ਆਪਣੇ ਹੱਥਾਂ ਦੇ ਰਾਹੀਂ ਸੱਸ ਆਪਣੇ ਹੱਥਾਂ ਨਾਲ ਭਾਈ ਲੱਦਾ ਜੀ ਦਾ ਮੁੱਖ ਪੁੰਜਦੇ ਪਏ ਨੇ। ਆਪ ਸਤਨਾਮ ਵਾਹਿਗੁਰੂ ਸਤਿ ਸ੍ਰੀ ਅਕਾਲ। ਆਪਣੇ ਹੱਥਾਂ ਦੇ ਰਾਹੀਂ ਕਾਲਖ ਲਾਉਂਦੇ ਭਾਈ ਲੱਦਾ ਜੀ ਸਦਕੇ ਤੁਹਾਡੇ ਧੰਨ ਸਿੱਖੀ, ਮਹਾਰਾਜ ਕਹਿਣ ਲੱਗੇ ਧੰਨ ਸਿੱਖੀ, ਧੰਨ ਸਿੱਖੀ ਬਈ ਸਿੱਖੀ ਇੱਥੇ ਤੱਕ ਬੰਦੇ ਨੂੰ ਪਹੁੰਚਾ ਦਿੰਦੀ ਹੈ, ਜੇ ਅੰਦਰ ਸਿੱਖੀ ਪਲਪਦੀ ਹੋਵੇ ਨਾ ਬੰਦਾ ਇੱਥੇ ਤੱਕ ਵੀ ਪਹੁੰਚ ਜਾਂਦਾ ਹੈ, ਅਗਰ ਕਿਸੇ ਨੂੰ ਬਖਸ਼ਾਉਣਾ ਹੋਵੇ ਇੰਨਾ ਨੀਵਾਂ ਵੀ ਜਾ ਸਕਦਾ ਹੈ, ਬਸ ਬਖਸ਼ਿਆ ਜਾਵੇ ਕਿਸੇ ਤਰੀਕੇ ਦੇ ਨਾਲ। ਉਹ ਆਖੋ ਸਤਨਾਮ ਸੱਚੇ ਪਾਤਸ਼ਾਹ ਕਰੋ ਕਰੋ। ਮਹਾਰਾਜ ਕਹਿਣ ਲੱਗੇ ਕਹਿੰਦੇ ਲੱਦਾ ਜੀ ਕਦੇ ਨਹੀਂ ਬਖਸ਼ੇ ਜਾ ਸਕਦੇ ਸੀ, ਕਦੇ ਨਹੀਂ ਬਖਸ਼ੇ ਜਾ ਸਕਦੇ ਸੀ, ਵੱਡਿਆਂ ਦੀ ਬੇਅਦਬੀ ਕੀਤੀ ਇਹਨਾਂ ਨੇ, ਗੁਰੂ ਨਾਨਕ ਸਾਹਿਬ ਦੀ ਬੇਅਦਬੀ, ਨਹੀਂ ਬਖਸ਼ੇ ਜਾ ਸਕਦੇ ਸਨ, ਪਰ ਕੀ ਕਰੀਏ ਅਸੀਂ ਵੀ ਮਜਬੂਰ ਹਾਂ, ਅਸੀਂ ਵੀ ਆ ਪਿਆਰ ਦੇ ਬੱਝੇ ਹੋਏ ਹਾਂ, ਕਹਿੰਦੇ ਮੇਰੀ ਬਾਂਦੀ ਭਗਤ ਛੜਾ, ਸਾਡਾ ਬੰਦਿਆ ਭਗਤ ਛੜਾ ਸਕਦਾ ਹੈ, ਪਰ ਸੱਚ ਬਾਂਧੇ ਭਗਤ ਨਾ ਛੂਟੈ, ਇਹ ਸਾਡੇ ਬੰਨੇ ਸਨ ਤੁਹਾਡੇ ਕਰਕੇ ਛੋੜ ਦਿੰਦੇ ਹਾਂ। ਕਹੋ ਇਹਨਾਂ ਨੂੰ ਜਿਸ ਰਸਨਾ ਦੇ ਰਾਹੀਂ ਵੱਡਿਆਂ ਦੀ ਨਰਾਦਰੀ ਕੀਤੀ ਸੀ, ਜਿਸ ਰਸਨਾ ਦੇ ਰਾਹੀਂ ਧੰਨ ਗੁਰੂ ਨਾਨਕ ਸਾਹਿਬ ਬਾਰੇ ਅਪਸ਼ਬਦ ਬੋਲੇ ਸਨ, ਉਹੀ ਰਸਨਾ ਦੇ ਰਾਹੀਂ ਮਹਿਮਾ ਕਰ, ਜਿੱਦਾਂ ਜਿੱਦਾਂ ਮਹਿਮਾ ਕਰੀ ਜਾਣਗੇ ਕੋਲ ਮੁਕਤ ਹੁੰਦੇ ਜਾਣਗੇ। ਆਖੋ ਸਤਨਾਮ, ਜਿੱਦਾਂ ਜਿੱਦਾਂ ਮਹਿਮਾ ਕਰਨਗੇ ਤੇ ਕੋਲ ਰਹਿਤ ਹੋ ਜਾਣਗੇ, ਬਿਮਾਰੀ ਰਹਿਤ ਹੋ ਜਾਣਗੇ, ਤਪਸ਼ ਰਹਿਤ ਹੋ ਜਾਣਗੇ। ਬਸ ਸਾਸ ਝੱਟ ਅੱਗੇ ਆਏ ਗਲ 'ਚ ਪਾਇਆ ਪੱਲਾ, ਤੇ ਸਾਸ ਰਾਮ ਕਲੀ ਕੀ ਵਾਰ ਉਚਾਰਨ ਕਰਦੇ
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਨਮੁਖ ਰਾਮਕਲੀ ਕੀ ਵਾਰ ਜਦੋਂ ਉਚਾਰਨ ਕੀਤੀ ਔਰ ਰੱਜ ਕੇ ਫਿਰ ਗੁਰੂ ਨਾਨਕ ਸਾਹਿਬ ਦੀ ਸਿਫਤਾਂ ਕੀਤੀ, ਗੁਰੂ ਅੰਗਦ ਸਾਹਿਬ ਮਹਾਰਾਜ ਦੀਆਂ ਸਿਫਤਾਂ ਕੀਤੀਆਂ, ਗੁਰੂ ਅਮਰਦਾਸ ਮਹਾਰਾਜ ਦੀਆਂ ਸਿਫਤਾਂ ਕੀਤੀਆਂ, ਗੁਰੂ ਰਾਮਦਾਸ ਮਹਾਰਾਜ ਦੀਆਂ ਸਿਫਤਾਂ ਕੀਤੀਆਂ, ਫਿਰ ਆ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਦੀਆਂ ਸਿਫਤਾਂ ਕੀਤੀਆਂ। ਆਖੋ ਸਤਨਾਮ। ਤੇ ਜਿੱਦਾਂ ਜਿੱਦਾਂ ਪਾਣੀ ਪੜਦੇ ਜਾ ਰਹੇ ਨੇ, ਰੋਗ ਨਿਕਲਦੇ ਜਾ ਰਹੇ, ਕੋਲ ਰਹਿ ਤੋਂ। ਇਸ ਬਾਣੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ। ਇਸ ਸਿਰਲੇਖ ਦੇ ਵਿੱਚ ਇਹ ਬਾਣੀ ਹੈ ਸੱਸ। ਔਰ ਮੈਂ ਸੱਚ ਕਹਿ ਦੇ, ਇੱਥੇ ਮੈਂ ਇੱਕ ਮਿੰਟ ਰੁਕਾਂਗਾ ਜੀ। ਜਿਵੇਂ ਜਿਵੇਂ ਇਹ ਬਾਣੀ ਉਚਾਰਨ ਕੀਤੀ, ਤਤਕਾਲ ਸੱਤ ਹੈ ਜੀ, ਇਹ ਤਤਕਾਲ ਸੱਤ ਹੈ। ਜਿਵੇਂ ਜਿਵੇਂ ਸੱਤਾ ਬਲਵੰਡਾ ਜੀ ਨੇ ਬਾਣੀ ਉਚਾਰਨ ਕੀਤੀ, ਮਹਿਮਾ ਦੇ ਗੀਤ ਗਾਏ, ਤਨ ਦੇ ਰੋਗ ਦੂਰ ਹੁੰਦੇ, ਇਹ ਤਤਕਾਲ ਸੱਤ ਹੈ। ਤੇ ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਇੱਕ ਸਿੱਖਿਆ ਦੇ ਦਿੱਤੀ, ਜਿਵੇਂ ਜਿਵੇਂ ਕੋਈ ਗੁਰੂ ਸਾਹਿਬ ਦੇ ਮਹਿਮਾ ਦੇ ਗੀਤ ਗਾਉਂਦਾ ਜਾਏਗਾ, ਸੱਚ ਜੇ ਆ ਜੇ ਸੱਤੇ ਬਲਵੰਡੇ ਜੀ ਨੇ ਮਹਿਮਾ ਦੇ ਗੀਤ ਗਾਏ, ਤਨ ਦੇ ਕੋੜ ਦੂਰ ਹੋ ਗਏ। ਤੇ ਮਹਾਰਾਜ ਕਹਿਣ ਲੱਗੇ, ਜਿਹੜਾ ਰੀਝ ਕੇ ਮਹਿਮਾ ਦੇ ਗੀਤ ਗਾਏਗਾ, ਕਹਿੰਦੇ ਉਹਨਾਂ ਦੇ ਤਨ ਦੇ ਕੋੜ ਦੂਰ ਹੋਏ, ਉਹ ਤੁਹਾਡੇ ਮਨ ਦੇ ਕੋੜ ਦੂਰ ਹੋ ਜਾਣਗੇ। ਆਖੋ ਸਤਨਾਮ। ਸ੍ਰੀ ਅਕਾਲ। ਕਿੱਡੇ ਕੋਲਾਂ ਦੇ ਨਾਲ ਗ੍ਰਸੇ ਹੋਏ ਹਾਂ ਅਸੀਂ, ਕਿੱਡੇ ਕੋਲਾਂ ਦੇ ਨਾਲ ਗ੍ਰਸੇ ਹੋਏ, ਬੜੇ ਬੜੇ ਕੋਲ ਲੱਗੇ ਨੇ ਸਾਡੇ ਅੰਦਰ, ਹੋਮੇ ਦਾ ਕੋਲ, ਵਿੰਦਿਆ ਦਾ ਕੋਲ, ਕਾਮ ਦਾ ਕੋਲ, ਈਰਖਾ ਦਾ ਕੋਲ, ਪਤਾ ਨੀ ਕਿੰਨੇ ਕਿੰਨੇ ਕੋਲ ਲੱਗੇ ਹੋ। ਜਿੱਦਾਂ ਜਿੱਦਾਂ ਮਹਿਮਾ ਦੇ ਗੀਤ ਗਾਈ ਜਾਵਾਂਗੇ, ਸਿਫਤ ਸਲਾਹ ਦੇ ਗੀਤ ਗਾਈ ਜਾਵਾਂਗੇ, ਉਹ ਸੱਚ ਜੇ ਜਿੱਦਾਂ ਜਿੱਦਾਂ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰੋਗੇ, ਅੰਦਰਲੇ ਕੋੜ ਦੂਰ ਹੋਣਗੇ। ਔਰ ਤੁਸੀਂ ਮਹਿਸੂਸ ਕੀਤਾ ਹੋਏਗਾ, ਆ ਜਦੋਂ ਜਦੋਂ ਸੰਗਤ 'ਚ ਬਹਿ ਕੇ ਨਾਮ ਜਪਦੇ ਹੋ, ਅੱਜ ਤੋਂ ਸਾਲ ਪਹਿਲੇ ਦੀ ਅਵਸਥਾ ਵੇਖ ਲਓ, ਅੱਜ ਤੋਂ 2 ਸਾਲ ਪਹਿਲੇ, 4 ਸਾਲ ਪਹਿਲੇ ਦੀ ਅਵਸਥਾ ਵੇਖ ਲਓ, ਅਤੇ ਅੱਜ ਦੀ ਅਵਸਥਾ ਵੇਖ ਲਓ। ਜਿੱਦਾਂ ਜਿੱਦਾਂ ਸੰਗਤ 'ਚ ਆ ਕੇ ਗੁਣ ਗਾਣੇ ਸ਼ੁਰੂ ਕੀਤੇ, ਆ ਤਰੱਕੀਆਂ ਅੰਦਰ ਦੇ ਅਵਸਥਾ ਦੀ ਤਰੱਕੀਆਂ ਹੋਣੀਆਂ ਸ਼ੁਰੂ ਹੋ ਗਈਆਂ। ਆਖੋ ਸਤਨਾਮ। ਅੰਦਰ ਦੀ ਅਵਸਥਾ ਨਿਰਮਲ ਹੋਣੀ ਸ਼ੁਰੂ ਹੋ ਗਈ, ਮਾਲਕ ਦੀ ਕਿਰਪਾ ਵਰਤਣੀ ਸ਼ੁਰੂ ਹੋ ਗਈ। ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਜਿੱਦਾਂ ਜਿੱਦਾਂ ਇਹ ਮਹਿਮਾ ਦੇ ਗੀਤ ਗਾਣਗੇ, ਉਦਾਂ ਉਦਾਂ ਨਿਰਮਲ ਹੁੰਦੇ ਜਾਣਗੇ। ਹੁਣ ਸਾਧ ਸੰਗਤ ਮਹਿਮਾ ਦੇ ਗੀਤ ਗਾ ਰਹੇ ਨੇ, ਨਿਰਮਲ ਹੁੰਦੇ ਜਾ ਰਹੇ। ਜਦੋਂ ਨਿਰਮਲ ਹੋਏ, ਚਰਨਾਂ 'ਤੇ ਡਿੱਗੇ ਸੱਸ, ਚਰਨਾਂ 'ਤੇ ਡਿੱਗੇ, ਸੱਚੇ ਪਾਤਸ਼ਾਹ ਬਖਸ਼। ਅਤੇ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਅੰਕਿਤ ਕਰਕੇ ਮੇਰੇ ਗੁਰੂ ਸਾਹਿਬ ਨੇ ਫਿਰ ਐਡਾ ਮਾਣ ਦਿੱਤਾ। ਅੱਜ ਵੇਖੋ, ਜੇ ਸਤਿਗੁਰਾਂ ਨੂੰ ਨਮਸਕਾਰ ਕਰਦੇ ਹਾਂ ਤੇ ਦੇਖਿਆ ਜਾਵੇ ਤੇ ਸੱਤੇ ਬਲਵੰਡ ਜੀ ਵੀ ਤਾਂ ਨਮਸਕਾਰ ਹੋ ਰਹੀ ਆ। ਆਖੋ ਸਤਨਾਮ। ਉਹਨਾਂ ਨੂੰ ਵੀ ਤਾਂ ਨਮਸਕਾਰ ਹੋ ਰਹੀ ਹੈ। ਤੇ ਧਿਆਨ ਰੱਖਿਓ, ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਹੋਈ, ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਦੇ ਵਿੱਚ ਵੀ ਇਹ ਕੀਰਤਨ ਦੀ ਸੇਵਾ ਕਰਦੇ ਰਹੇ। ਤੇ ਇੱਕ ਦਿਨ ਮਹਾਰਾਜ ਨੇ ਜਾਣਾ ਸੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਥਾਨ 'ਤੇ ਜਿੱਥੇ ਸ਼ਹੀਦੀ ਹੋਈ ਸੀ, ਅਤੇ ਸੱਤਾ ਅਤੇ ਬਲਵੰਡ ਜੀ ਕਹਿਣ ਲੱਗੇ, ਕਹਿੰਦੇ ਸੱਚੇ ਪਾਤਸ਼ਾਹ ਸਾਨੂੰ ਵੀ ਨਾਲ ਲੈ ਚਲੋ।
ਸਾਨੂੰ ਵੀ ਨਾਲ ਲੈ ਚਲੋ। ਕਹਿੰਦੇ ਚਲੋ, ਜਦੋਂ ਉੱਥੇ ਪਹੁੰਚੇ ਨੇ ਅੰਮ੍ਰਿਤ ਵੇਲੇ ਦਾ ਦੀਵਾਨ ਹੋਇਆ। ਇਹ ਜੋ ਇਤਿਹਾਸ 'ਚ ਲਿਖਿਆ ਸੁਣਿਓ, ਅੰਮ੍ਰਿਤ ਵੇਲੇ ਦਾ ਦੀਵਾਨ ਹੋਇਆ। ਦੀਵਾਨ ਦੀ ਸਮਾਪਤੀ ਤੋਂ ਬਾਅਦ ਸਾਜ ਰੱਖੇ ਅਤੇ ਹੱਥ ਬੰਨ੍ਹ ਕੇ ਖੜੇ ਹੋ ਗਏ ਸੱਤਾ ਅਤੇ ਬਲਵੰਡ ਜੀ। ਗੱਲ 'ਚ ਹਜ਼ੂਰੀਆ ਪਾਇਆ ਅਤੇ ਹੱਥ ਬੰਨ੍ਹ ਖੜੇ ਹੋ ਗਏ ਅਤੇ ਮਹਾਰਾਜ ਕਹਿਣ ਲੱਗੇ, ਕੀ ਹੋਇਆ ਸੱਤਾ ਜੀ ਬਲਵੰਡ ਜੀ? ਕਹਿੰਦੇ, ਮਹਾਰਾਜ ਹੁਣ ਬਖਸ਼ਿਸ਼ ਕਰੋ, ਹੁਣ ਆਗਿਆ ਦਿਓ, ਮੁਰਸ਼ਦ ਦੇ ਸਥਾਨ 'ਤੇ ਬੈਠੇ ਹਾਂ, ਮਾਲਕ ਦੇ ਸਥਾਨ 'ਤੇ ਬੈਠੇ ਹਾਂ ਪਾਤਸ਼ਾਹ, ਹੁਣ ਬਖਸ਼ਿਸ਼ ਦੇ ਖਾਤੇ ਖੋਲੋ, ਚਰਨਾਂ 'ਤੇ ਮੱਥਾ ਰੱਖਣ ਲੱਗਿਆ, ਹੁਣ ਚਰਨਾਂ ਵਿੱਚ ਹੀ ਸਮਾ ਲਓ। ਆਖੋ ਸਤਨਾਮ ਵਾਹਿਗੁਰੂ ਸ੍ਰੀ ਅਕਾਲ। ਹੁਣ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਇੰਨੇ ਸਾਲ ਸੰਗਤ ਕੀਤੀ, ਸੇਵਾ ਕੀਤੀ, ਹੁਣ ਉਹਨਾਂ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਗਰੀਬ ਨਿਵਾਜ, ਹੁਣ ਕਿਰਪਾ ਕਰੋ, ਬਸ ਆਹ ਰਹਿਮਤ ਕਰ ਦਿਓ, ਹੁਣ ਚਰਨਾਂ 'ਤੇ ਮੱਥਾ ਰੱਖੀਏ ਅਤੇ ਚਰਨਾਂ ਵਿੱਚ ਹੀ ਸਮਾ ਜਾਈਏ, ਇੱਥੇ ਜੋਗੇ ਹੀ ਹੋ ਜਾਈਏ ਸੱਚੇ ਪਾਤਸ਼ਾਹ। ਅਤੇ ਜ਼ਿਕਰ 'ਚ ਲਿਖਿਆ, ਬਸ ਚਰਨਾਂ 'ਤੇ ਮੱਥਾ ਕੀ ਟੇਕਿਆ, ਚਰਨਾਂ ਵਿੱਚ ਹੀ ਸਮਾ ਕੇ, ਜੋਤੀ ਜੋਤ ਰਲੀ ਸੰਪੂਰਨ ਪਿਆਰਾ, ਗੁਰੂ ਚਰਨਾਂ 'ਚ ਜਾ ਵਿਰਾਜੇ ਸੱਤਾ ਜੀ ਬਲਵੰਡ ਜੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਗਰੀਬ ਨਿਵਾਜ ਰਹਿਮਤ ਕਰਨ ਸੱਸ, ਆ ਸੱਤਾ ਜੀ ਦੇ ਰਾਹੀਂ, ਬਲਵੰਡ ਜੀ ਦੇ ਰਾਹੀਂ ਆਓ, ਅਸੀਂ ਵੀ ਆਪਣੇ ਔਗੁਣ ਬਖਸ਼ਾ ਲਈ। ਆ ਹਰੇਕ ਨੂੰ ਆਪਣੇ ਔਗੁਣਾਂ ਦਾ ਪਤਾ, ਮੈਨੂੰ ਆਪਣੇ ਔਗੁਣਾਂ ਦਾ ਪਤਾ, ਤੁਹਾਨੂੰ ਆਪਣੇ ਔਗੁਣਾਂ ਦਾ ਪਤਾ, ਅਸੀਂ ਕਿਸੇ ਤੋਂ ਤਾਂ ਲੁਕੋ ਲਾਂਗੇ, ਓਏ ਆਪਣੇ ਆਪ ਤੋਂ ਕਿਵੇਂ ਲੁਕੋਵਾਂਗੇ, ਆਪਣੇ ਸਤਿਗੁਰ ਤੋਂ ਕਿਵੇਂ ਲੁਕੋਵਾਂਗੇ। ਅੰਤਰੀਵ ਝਾਤੀ ਮਾਰਿਓ, ਅੰਤਰੀਵ ਝਾਤੀ ਮਾਰ ਕੇ ਔਗੁਣਾਂ ਨੂੰ ਦੇਖਦੇ ਹੋਏ ਕਹਿਓ ਸੱਚੇ ਪਾਤਸ਼ਾਹ, ਕੋਟ ਅਪਰਾਧ ਪਰੇ ਅਸੀਂ ਕੌਣ, ਕੋਟ ਅਪਰਾਧ ਪਰੇ ਪੀ ਤੇਰੇ ਚਿਹਰੇ ਰਾਮ, ਕੋਟ ਅਪਰਾਧ ਪਰੇ ਪੀ ਤੇਰੇ ਚਿਹਰੇ ਰਾਮ, ਸੁਣੋ ਬੇਨੰਤਿਆ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਰੋ ਅਤੇ ਅੱਗੇ ਸ਼ੇਅਰ ਜ਼ਰੂਰ ਕਰੋ ਜੀ।